ਕੰਦਨਾ ਸ਼੍ਰੀ ਅਮਰਦਾਸ ਹੇਰ ਦੈ ਨਿਤ ਧਿਆਮੋ ਜੀ ਹਿਰ ਦੈ ਨਿਤ ਧਿਆਮੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਬੇਗਨਨ ਕੇ ਨਾਸਕ ਜੀ ਬੇਗਨਨ ਕੇ ਨਾਸਕ ਸ਼੍ਰੀ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਜੇ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਵੋ ਬਹੁ ਤੇਗ ਬਹਾਦੁਰ ਪਰਮ ਕੇਰ ਪਾਲਾ ਜੀ ਸੰਗਤੇ ਪਰਮ ਕੇਰ ਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋਂ ਬਾਰ ਵਾਰ ਜਗਦੀਸਾ ਜੀ ਬੰਦੋਂ ਬਾਰ ਵਾਰ ਜਗਦੀਸਾ ਜਾਮ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਿਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ ਜੀਵਨ ਦੋਂ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਈ ਵਾਹਿਗੁਰੂ ਜੀ ਕੀ ਫ
ਫਤਿਹ ਹੈ ਬੇਗਾਨਾ ਬਿਨਾਸਨਾ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਜੀ ਬੇਗਾਨਾ ਬਿਨਾਸਨਾ ਸੋਏ ਵਾਹਿਗੁਰੂ ਸਾਹਿਬ ਜੀ ਨਿਜ ਕਰ ਤੇ ਗੁਰ ਥਾਪੀ ਦਈ ਖੁਸ਼ੀ ਅਦਕ ਤਿਸ ਪਰ ਗੁਰ ਕਈ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਬੜੇ ਹੀ ਕਿਰਪਾਲੂ ਦਿਆਲੂ ਸ਼ੀਤਲਤਾ ਦੇ ਪੁੰਜ ਰਹਿਮਤਾਂ ਦੀ ਖਾਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਸ਼ਹੀਦੀ ਅਸਥਾਨ ਦੇ ਦਰਸ਼ਨ ਦਿਦਾਰੇ ਕਰ ਰਹੀ ਆਪ ਅਤਿ ਸਤਿਕਾਰਯੋਗ ਗੁਰੂ ਕਾ ਖਾਸ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਪਿਆਰੀ ਗੁਰਸਵਾਰੀ ਖਾਲਸਾ ਸਤ ਸੰਗਤ ਜੀਓ ਬਹੁਤ ਹੀ ਵਡਭਾਗੀ ਹੋ ਧੰਨਵਾਨ ਹੋ ਮਹਾਰਾਜ ਜੀ ਦੀਆਂ ਅਸੀਸਾਂ ਮਿਹਰਾਂ ਦੇ ਪਾਤਰ ਹੋ ਜੋ ਇਹ ਸੁਭਾਗਾ ਸਮਾਂ ਗੁਰਦਰਸ਼ਨਾਂ ਦਾ ਸਤਸੰਗਤ ਕਰਨ ਦਾ ਪ੍ਰਾਪਤ ਹੋਇਆ ਹੈ ਆਓ ਜਿੱਥੇ ਆਪ ਸਰਬੱਤ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਢਾਡੀ ਸਿੰਘਾਂ ਪਾਸੋਂ ਵੀਰ ਰਸ ਦੇ ਵਿੱਚ ਗੁਰ ਇਤਿਹਾਸ ਸਿੱਖ ਇਤਿਹਾਸ ਦੀਆਂ ਵਨਗੀਆਂ ਦੇ ਨਾਲ ਸਾਂਝ ਪਾਈ ਹੈ ਕੁਝ ਸਮਾਂ ਮਹਾਰਾਜ ਜੀ ਦੀਆਂ ਪਾਵਨ ਵਿਚਾਰਾਂ ਮਹਾਰਾਜ ਜੀ ਦੇ ਇਤਿਹਾਸ ਨੂੰ ਵਿਚਾਰਨ ਵਿੱਚ ਆਪਣਾ ਬਿਤਾਉਣਾ ਕਰੀਏ ਆਓ ਬੜੇ ਪਿਆਰ ਸਤਿਕਾਰ ਨਾਲ ਜਿੱਥੇ ਕਿਤੇ ਵੀ ਬੈਠੇ ਹਾਂ ਆਪਣੇ ਮਾਇੰਡ ਨੂੰ ਆਪਣੇ ਮਨ ਨੂੰ ਕੌਨਸਨਟ੍ਰੇਟ ਕਰੀਏ ਗੁਰੂ ਚਰਨਾਂ ਦੇ ਵਿੱਚ ਨਤਮਸਤਕ ਕਰਦਿਆਂ ਹੋਇਆਂ ਦੋਵੇਂ ਹੱਥ ਜੋੜ ਕੇ ਬੜੇ ਪਿਆਰ ਅਦਬ ਸਤਿਕਾਰ ਨਾਲ ਕਲਗੀਆਂ ਵਾਲੇ ਬਾਦਸ਼ਾਹ ਵੱਲੋਂ ਬਖਸ਼ਿਸ਼ ਫਤਿਹ ਅਰਜ਼ ਕਰੀਏ ਗੱਜ ਵੱਜ ਕੇ ਦਿਓ ਜਵਾਬ ਫਤਿਹ ਦਾ ਫਤਿਹ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ੍ਹ ਦੇ ਦੀਵਾਨਾਂ ਅੰਦਰ ਦਾਸਰੇ ਨੇ ਅਰਜ਼ ਕੀਤੀ ਸੀ ਵੀ ਧੰਨ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹ ਕਿਸੇ ਖਾਨ ਦੇ ਘਰ ਵਿੱਚ ਗਏ ਨੇ ਇਹ ਮੁਸਲਮਾਨ ਸਤਿਗੁਰੂ ਜੀ ਮਹਾਰਾਜ ਜੀ ਨੂੰ ਬੜਾ ਪਿਆਰ ਕਰਦਾ ਹੈ ਜਦੋਂ ਇਸ ਨੇ ਸੁਣਿਆ ਵੀ ਗੁਰੂ ਸਾਹਿਬ ਜੀ ਮਥੁਰਾ ਵਿੱਚ ਆਏ ਨੇ ਅਤੇ ਆਗਰੇ ਵੱਲ ਬਹਾਦੁਰ ਸ਼ਾਹ ਦੇ ਨਾਲ ਮਿਲਾਪ ਵਾਸਤੇ ਜਾ ਰਹੇ ਹਨ ਤਾਂ ਜੋ ਇਹ ਖੁਦਾ ਦੀ ਭਗਤੀ ਕਰਨ ਵਾਲਾ ਖੁਦਾਵੰਦ ਇਨਸਾਨ ਹੈ
ਬੜਾ ਆਪਣੇ ਨੇਮ ਵਿੱਚ ਪੱਕਾ ਹੈ, ਪਰ ਇਹਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਬਹੁਤ ਪ੍ਰੇਮ ਸਨੇਹ। ਇਸ ਦੀ ਬੇਨਤੀ ਨੂੰ ਸਵੀਕਾਰ ਕਰਕੇ ਗੁਰਦੇਵ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਖਾਨ ਦੇ ਘਰ ਵਿੱਚ ਗਏ ਹਨ, ਆਸ਼ੀਰਵਾਦ ਦਿੱਤਾ, ਪਿਆਰ ਦਿੱਤਾ ਹੈ ਅਤੇ ਕੁਝ ਗੱਲਾਂ ਆਪਸ ਵਿੱਚ ਕਰਦੇ ਨੇ। ਉਹ ਕੀ ਹਨ, ਉਹ ਕੀ ਸਵਾਲ ਜਵਾਬ ਹਨ, ਪ੍ਰਸ਼ਨ ਉੱਤਰ ਹਨ, ਉਹਨਾਂ ਦਾ ਜਵਾਬ ਅੱਜ ਦੇ ਦੀਵਾਨਾਂ ਵਿੱਚ ਮਿਲੇਗਾ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਇਸ ਇਤਿਹਾਸ ਨੂੰ ਰਸਮਈ ਤਰੀਕੇ ਵਿੱਚ ਅਗਾਂਹ ਲੈ ਕੇ ਜਾਣਾ ਕਰੀਏ। ਵਿਚਾਰਨ ਤੋਂ ਪਹਿਲਾਂ ਪਿਆਰ ਵਿੱਚ ਭੇਜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਨਿਜ ਕਰ ਤੇ ਗੁਰ ਥਾਪੀ ਦਈ, ਖੁਸ਼ੀ ਅਧਿਕ ਤਿਸ ਪਰ ਗੁਰ ਕਈ। ਧੰਨ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਹੱਥ, ਕਰ ਦਾ ਮਤਲਬ ਹੁੰਦਾ ਇੱਕ ਹੱਥ। ਗੁਰਬਾਣੀ ਵਿੱਚ ਸ਼ਬਦ ਬੜੀ ਵਾਰ ਆਇਆ, ਐਹ ਕਰ ਕਰੇ ਸੋ ਐਹ ਕਰ ਪਾਏ। ਇੱਕ ਹੱਥ ਨਾਲ ਕਰੇਗਾ ਅਤੇ ਦੂਸਰੇ ਹੱਥ ਨਾਲ ਪ੍ਰਾਪਤ ਵੀ ਕਰ ਲਏਗਾ। ਇਹ ਕਰ ਸ਼ਬਦ ਦਾ ਮਤਲਬ ਹੁੰਦਾ ਹੈ ਕਰਨਾ। ਸੰਸਕ੍ਰਿਤ ਦਾ ਸ਼ਬਦ ਕਰ ਹੈ, ਇਹਦਾ ਮਤਲਬ ਹੈ ਹੱਥ। ਸੋ ਸਤਿਗੁਰੂ ਜੀ ਮਹਾਰਾਜ ਜੀ ਨੇ ਆਪਣੇ ਹੱਥ ਦੇ ਨਾਲ ਇਸ ਖਾਨ ਨੂੰ ਥਪਥਪਾਇਆ, ਇਹਨੂੰ ਆਸ਼ੀਰਵਾਦ ਦਿੱਤਾ ਹੈ ਜੀ। ਹੱਥ ਜੋਰ ਤਬ ਬਿਨੇ ਬਖਾਨੀ, ਮਮ ਸਰੀਰ ਮੈਂ ਬ੍ਰਥਾ ਮਹਾਨੀ। ਤੇ ਹੱਥ ਜੋੜ ਕੇ ਇਸ ਖਾਨ ਨੇ ਸਤਿਗੁਰੂ ਜੀ ਮਹਾਰਾਜ ਜੀ ਨੂੰ ਇੱਕ ਬੇਨਤੀ ਕੀਤੀ ਹੈ ਵੀ ਮਹਾਰਾਜ ਮੈਂ ਬੜਾ ਬਿਰਧ ਹੋ ਗਿਆ ਹਾਂ, ਮੈਨੂੰ ਬੜਾ ਬੁਢਾਪਾ ਆ ਗਿਆ, ਕਿਰਪਾ ਕਰੋ। ਰਾਵਰ ਕੀ ਕਰੁਣਾ ਤੇ ਜਾਏ, ਰਹੋ ਪ੍ਰਤੀਕਤ ਮੈਂ ਚਿਤ ਲਾਏ। ਵੀ ਮੈਨੂੰ ਵੀ ਆਪਣੇ ਚਰਨਾਂ ਦਾ ਸੇਵਕ ਬਣਾ ਲਓ, ਮੈਂ ਵੀ ਸਦਾ ਪਰਮੇਸ਼ੁਰ ਅਕਾਲ ਪੁਰਖ ਉਸ ਖੁਦਾ ਦੇ ਨਾਲ ਇੱਕ ਸੁਰਤ ਹੋ ਜਾਵਾਂ। ਸੁਨ ਗੁਰ ਕਹਿਓ ਨਾ ਬੇ ਰਹੇ, ਹਮ ਸੋ ਮਿਲਨ ਅੰਤ ਆਏ। ਸਤਿ ਸੰਗਤ ਜੀ, ਕਿਉਂਕਿ ਪ੍ਰਸੰਗ ਹੋਣੇ ਸ਼ੁਰੂ ਹੋਇਆ, ਇਸ ਕਰਕੇ ਇੰਨਾ ਜ਼ਿਆਦਾ ਵਿਸਤਾਰ ਕਰਨਾ ਸੰਭਵ ਨਹੀਂ, ਪਰ ਮੈਂ ਬਿਲਕੁਲ ਟੂਕ ਮਾਤਰ ਗੱਲ ਕਰਾਂਗਾ। ਜਿਸ ਨੇ ਉਸ ਪਰਮੇਸ਼ਰ ਨੂੰ ਨਹੀਂ ਸਮਝਿਆ, ਉਹਦੇ ਵਾਸਤੇ ਉਹ ਪਰਮੇਸ਼ਰ ਦੇ ਕਾਨੂੰਨ, ਉਹਦਾ ਰੂਪ, ਉਹਦੇ ਬਣਾਏ ਬੰਦੇ ਵੱਖਰੇ ਵੱਖਰੇ ਨੇ। ਜਿਸ ਕਿਸੇ ਨੇ ਵੀ ਉਸ ਖੁਦਾ ਨੂੰ, ਉਸ ਪਰਮੇਸ਼ਰ ਨੂੰ ਜਾਣ ਲਿਆ, ਜਿਸ ਦੇ ਅੰਦਰ ਉਹ ਖੁਦ ਵੱਸਦਾ, ਉਸ ਵਾਸਤੇ ਕੋਈ ਵੀ ਉਸ ਤੋਂ ਬਾਹਰੀ ਨਹੀਂ। ਉਸ ਵਾਸਤੇ ਮੁਸਲਮਾਨ, ਹਿੰਦੂ, ਸਿੱਖ, ਈਸਾਈ ਸਭ ਇੱਕ ਨੇ। ਜਿਸ ਕਿਸੇ ਨੇ ਵੀ ਉਸ ਨੂੰ ਜਾਣਿਆ, ਉਹ ਉਸ ਵਰਗਾ ਨਿਰਵੈਰ ਹੋ ਗਿਆ, ਕਿਸੇ ਨਾਲ ਵੈਰ ਨਹੀਂ। ਜਿਸ ਕਿਸੇ ਨੇ ਵੀ ਉਸ ਖੁਦਾ ਨੂੰ, ਉਸ ਪਰਮੇਸ਼ੁਰ, ਉਸ ਰੱਬ ਨੂੰ ਸਮਝਿਆ, ਉਸ ਦੇ ਅੰਦਰ ਰੱਬ ਵਰਗੇ ਗੁਣ ਆ ਗਏ, ਉਹਦਾ ਦਿੱਤਾ ਹੋਇਆ ਉਪਦੇਸ਼ ਵੀ ਬਰਾਬਰ ਹੈ। ਜਦੋਂ ਉਹ ਭਲਾ ਮੰਗਦਾ ਹੈ ਤਾਂ ਸਭ ਲਈ ਮੰਗਦਾ ਹੈ, ਜੇ ਉਹ ਭਲਾ ਕਰਦਾ ਹੈ ਤਾਂ ਸਭ ਦਾ ਕਰਦਾ ਹੈ। ਜਿਹੜਾ ਵੀ ਆਪਣੇ ਆਪ ਨੂੰ ਸੰਤ, ਮਹਾਤਮਾ, ਉਸ ਖੁਦਾ ਦਾ ਬੰਦਾ ਅਖਵਾਉਂਦਾ ਹੈ, ਉਹ ਕਦੀ ਵੀ ਇਨਸਾਨੀਅਤ ਤੋਂ ਬਾਹਰ ਦੀ ਗੱਲ ਨਹੀਂ ਕਰੇਗਾ, ਉਹ ਸਦਾ ਹਿਊਮੈਨਿਟੀ ਦੀ ਗੱਲ ਕਰੇਗਾ। ਉਸ ਦੇ ਵਿਚਾਰ ਸੈਕੂਲਰ ਹੋਣਗੇ। ਜਿੰਨੇ ਵੀ ਫਿਲਾਸਫਰ ਆਏ ਨੇ ਇਸ ਦੁਨੀਆ 'ਤੇ,
ਅੱਜ ਤੱਕ ਦੇ ਸਭ ਤੋਂ ਵੱਡੇ ਮਹਾਨ ਫਿਲਾਸਫਰਾਂ ਦੇ ਵਿੱਚੋਂ ਇੱਕ ਰਜਨੀਸ਼ ਓਸ਼ੋ ਨੂੰ ਮੰਨਿਆ ਗਿਆ। ਤੁਸੀਂ ਕਦੀ ਉਹਦੇ ਵਿਚਾਰ ਸੁਣੋ, ਉਹ ਕਦੀ ਇਸਲਾਮ ਦੇ ਪੱਖ ਦੀ ਗੱਲ ਕਰੇਗਾ, ਕਦੀ ਸਿੱਖੀਜ਼ਮ ਦੇ, ਕਦੀ ਹਿੰਦੂ ਮਤ, ਕਦੀ ਬੌਧ ਦੇ। ਇਸ ਦਾ ਮਾਇਨਾ ਕੀ ਹੈ? ਇਸ ਦਾ ਮਾਇਨਾ ਇਹ ਹੈ ਵੀ ਚੰਗਿਆਈ ਜਿੱਥੋਂ ਮਿਲੇ ਉੱਥੋਂ ਲੈ ਲਓ, ਬੁਰਿਆਈ ਉੱਥੇ ਹੀ ਛੱਡ ਦਿਓ। ਜੇ ਕੋਈ ਵਿਅਕਤੀ, ਜੇ ਕੋਈ ਇਨਸਾਨ ਬੁਰਾ ਹੈ, ਉਹਦੀ ਬੁਰਿਆਈ ਛੱਡ ਦਿਓ। ਜੇ ਕੋਈ ਚੰਗਾ ਹੈ, ਭਾਵੇਂ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਸਿੱਖ ਹੈ, ਕੋਈ ਵੀ ਹੈ, ਉਸ ਤੋਂ ਉਹ ਚੰਗਾ ਗੁਣ ਲੈ ਲਓ। ਇੱਕ ਚੰਗਾ ਇਨਸਾਨ ਬਣੋ, ਇੱਕ ਚੰਗਾ ਨੇਕ ਇਨਸਾਨ ਹੀ ਸਭ ਤੋਂ ਵੱਡਾ ਧਰਮੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਹੀ ਜੋਤ ਹਨ। ਸਰੀਰ ਵੱਖਰਾ ਹੈ, ਜੋਤ ਉਹ ਹੀ ਹੈ। ਜੋਤ ਉਹ ਹਾਂ ਜੁਗਤ ਸਾਏ ਸ਼ੈ ਕਾਇਆ ਫੇਰ ਪਲਟੀ ਹੈ। ਗੁਰਬਾਣੀ ਨੇ ਆਪ ਆਖਿਆ, ਜੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਏਕ ਪਿਤਾ ਏਕ ਸਕੇ ਹਮ ਬਾਲਕ, ਇਹਦਾ ਮਤਲਬ ਇਹ ਹੈ ਵੀ ਗੁਰੂ ਨਾਨਕ ਸਾਹਿਬ ਮੰਨਦੇ ਪਏ ਨੇ ਵੀ ਸਭ ਇਨਸਾਨ, ਵਨਸਪਤੀ, ਜੀਵ ਇਹ ਪਰਮੇਸ਼ੁਰ ਇੱਕ ਪਰਮਾਤਮਾ ਦੇ ਬਣਾਏ ਨੇ। ਏਕ ਨੂਰ ਤੇ ਸਭ ਜਗ ਉਪਜਿਆ ਕੌਣ, ਭਲੇ ਕੋ ਮੰਦੇ, ਕੋਈ ਚੰਗਾ ਨਹੀਂ, ਕੋਈ ਮਾੜਾ ਨਹੀਂ, ਕਿਉਂਕਿ ਸਾਰੇ ਇੱਕ ਦੇ ਬਣਾਏ ਨੇ, ਕੋਈ ਉੱਚਾ ਨਹੀਂ ਤੇ ਕੋਈ ਨੀਵਾਂ ਨਹੀਂ, ਕੋਈ ਜਾਤ ਪਾਤ ਨਹੀਂ, ਕੋਈ ਰਿਲੀਜਨ ਦਾ ਕੋਈ ਚੱਕਰ ਹੀ ਨਹੀਂ, ਕੋਈ ਉੱਚਾ ਨੀਵਾਂ ਨਹੀਂ ਵੀ ਇੱਥੇ ਛੱਤਰੀ ਵੱਖਰਾ ਬਿਠਾਇਆ ਜਾਵੇ, ਬ੍ਰਾਹਮਣ ਵੱਖਰਾ ਬਿਠਾਇਆ ਜਾਵੇ, ਐਸੀ ਕੋਈ ਗੱਲ ਨਹੀਂ। ਸਗੋਂ ਇਹ ਗੱਲਾਂ ਨੋਟਿਸ ਵਿੱਚ ਲਿਆਂਦੀਆਂ ਗਈਆਂ ਵੀ ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਉਪਦੇਸ਼ ਚੋਂ ਵਰਨਾ ਕੋ ਸਾਂਝਾ, ਵੱਖਰਾ ਵੱਖਰਾ ਨਾ ਮੰਨ ਲਿਓ ਕਿਤੇ, ਇੱਕੋ ਹੀ ਉਪਦੇਸ਼ ਹੈ, ਸਭ ਨੂੰ ਸਾਂਝਾ ਹੈ। ਸਭੇ ਸਾਂਝੀ ਵਾਲ ਸਦਾਇਨ, ਕਿੰਨੇ ਉਪਦੇਸ਼ ਨੇ ਮਹਾਰਾਜ ਜੀ ਦੇ ਜਿਹੜੇ ਸਾਂਝੀ ਵਾਲਤਾ ਦੀ ਗੱਲ ਕਰਦੇ ਨੇ। ਸਾਂਝੀ ਵਾਲਤਾ ਦਾ ਮਤਲਬ ਹੀ ਇਹ ਹੈ ਵੀ ਕਿਸੇ ਦੇ ਕਾਨੂੰਨ, ਕਿਸੇ ਦੇ ਬਣਾਏ ਨਿਯਮ ਨੂੰ ਫੋਲੋ ਨਹੀਂ ਕਰਨਾ, ਬਲਕਿ ਉਸ ਪਰਵਰਦਿਗਾਰ, ਉਸ ਪਰਮਾਤਮਾ ਨੂੰ, ਉਹਦੇ ਗੁਣਾਂ ਨੂੰ ਮੰਨਣਾ ਹੈ। ਉਹ ਸਭ ਦੇ ਅੰਦਰ ਨੇ। ਕੁਝ ਸੱਜਣ ਹੁੰਦੇ ਨੇ ਜੋ ਸਾਂਝੀ ਵਾਲਤਾ ਦਾ ਨਾਮ ਲੈ ਕੇ ਵੀ ਮੈਂ ਪੂਜਾ ਕਰਦਾ, ਤੂੰ ਵੀ ਪੂਜਾ ਕਰ, ਸਾਂਝੀ ਵਾਲਤਾ, ਇਹ ਸਾਂਝੀ ਵਾਲਤਾ ਨਹੀਂ ਹੈ। ਉਹ ਤੁਹਾਡੇ ਬਣਾਏ ਕਾਨੂੰਨ ਨੇ, ਰੱਬ ਨੂੰ ਪੂਜਾ ਦੀ ਲੋੜ ਨਹੀਂ ਹੈ। ਜੇ ਮੈਂ ਸਿਜਦਾ ਕਰਦਾ ਕਿਸੇ ਪੱਥਰਾਂ ਨੂੰ, ਜੇ ਕੋਈ ਹੋਰ ਸਿਜਦਾ ਕਰੇ, ਸਾਂਝੀ ਵਾਲਤਾ ਨਹੀਂ ਹੈ, ਮੂਰਖਤਾ ਹੈ। ਇਹ ਬਣਾਏ ਕਾਨੂੰਨ ਸਾਰੇ ਮਨੁੱਖਾਂ ਨੇ, ਧਾਰਮਿਕ ਗ੍ਰੰਥ ਮਨੁੱਖਾਂ ਦੇ ਲਿਖੇ ਨੇ। ਉਹਨਾਂ ਮਨੁੱਖਾਂ ਨੂੰ ਭਾਵੇਂ ਅਸੀਂ ਮਹਾਨ ਕਰਕੇ ਦੱਸ ਦਈਏ, ਭਾਵੇਂ ਉਹਨਾਂ ਨੂੰ ਗੁਰੂ ਕਹਿ ਲਈਏ, ਭਾਵੇਂ ਉਹਨਾਂ ਨੂੰ ਪੈਗੰਬਰ ਕਹਿ ਲਈਏ, ਸੰਤ ਹੈ ਤਾਂ ਮਨੁੱਖ ਸਨ, ਰੱਬ ਦੇ ਨਾਲ ਜੁੜੇ ਹੋਏ ਸਨ, ਸਾਡੇ ਨਾਲੋਂ ਮਹਾਨ ਸਨ, ਉੱਚੇ ਸਨ, ਪਰ ਲਿਖੇ ਇੱਥੇ ਹੀ ਨੇ, ਇਸੇ ਧਰਤੀ 'ਤੇ ਨੇ, ਵੱਖਰੀ ਵੱਖਰੀ ਕੰਡੀਸ਼ਨਾਂ ਦੇ ਅਨੁਸਾਰ ਵੱਖਰੇ ਵੱਖਰੇ ਕਾਨੂੰਨ ਬਣਾਏ ਗਏ। ਇਸ ਕਰਕੇ ਗੁਰਬਾਣੀ ਦੇ ਅਕੋਰਡਿੰਗ ਸਾਂਝੀ ਵਾਲਤਾ ਮਨੁੱਖੀ ਗੁਣਾਂ ਦੀ ਹੈ, ਚੰਗਿਆਈਆਂ ਦੀ ਹੈ। ਸਭ ਦਾ ਭਲਾ ਹੋਵੇ, ਇਹ ਸਾਂਝੀ ਵਾਲਤਾ ਹੈ। ਸਭ ਨੂੰ ਫੂਡ ਪ੍ਰੋਵਾਈਡ ਹੋਵੇ, ਇਹ ਸਾਂਝੀ ਵਾਲਤਾ ਹੈ। ਮੁਸ਼ਕਿਲ ਵਿੱਚ ਭਾਵੇਂ ਮੁਸਲਮਾਨ ਆਵੇ, ਭਾਵੇਂ ਹਿੰਦੂ ਆਵੇ, ਭਾਵੇਂ ਈਸਾਈ ਆਵੇ, ਉਹਦੀ ਹੈਲਪ ਕਰੋ, ਸਾਂਝੀ ਵਾਲਤਾ ਹੈ। ਧਾਰਮਿਕ ਕਾਨੂੰਨਾਂ ਨੂੰ ਮੰਨਣਾ ਸਾਂਝੀ ਵਾਲਤਾ ਨਹੀਂ, ਇੱਕ ਇਨਸਾਨ ਹੋਣ ਦੇ ਨਾਤੇ ਇੱਕ ਇਨਸਾਨ ਦੀ ਮਦਦ ਕਰੀਏ, ਇਹ ਸਾਂਝੀ ਵਾਲਤਾ ਹੈ। ਮਹਾਰਾਜ ਕਹਿੰਦੇ ਸਾਂਝ ਕਰੀਜੈ
ਗੁਣਾ ਕੇਰੀ ਛੋੜ ਅਵਗਣ ਚੱਲੀ ਹੈ। ਗੁਣਾਂ ਦੀ ਸਾਂਝ ਕਰੋ, ਕਿਸੇ ਮਨੁੱਖ ਅੰਦਰ ਚੰਗੇ ਗੁਣ ਨੇ ਉਹ ਲੈ ਲਓ, ਉਸ ਦੀਆਂ ਮਾੜੀਆਂ ਆਦਤਾਂ ਛੱਡ ਦਿਓ। ਇਹੋ ਹੀ ਧਰਮ ਦਾ ਸੱਚਾ ਅਤੇ ਸੁੱਚਾ ਨਿਯਮ ਹੈ। ਹੁਣ ਬਹੁਤੀ ਥਾਂ 'ਤੇ ਨਫ਼ਰਤ ਫੈਲਾਈ ਜਾਂਦੀ ਹੈ। ਵੇਖੋ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਮੁਸਲਮਾਨਾਂ ਨਾਲ ਦੁਸ਼ਮਣੀ ਗਲਤ ਹੈ। ਗੁਰੂ ਸਾਹਿਬ ਜੀ ਕਿਸੇ ਦੇ ਦੁਸ਼ਮਣ ਹੈਗੇ ਹੀ ਨਹੀਂ ਸੀ। ਗੁਰੂ ਸਾਹਿਬ ਜੀ ਦੇ ਨਾਲ ਕਿਸੇ ਦੀ ਦੁਸ਼ਮਣੀ ਹੋਵੇ ਇਹ ਗੱਲ ਵੱਖਰੀ, ਪਰ ਗੁਰੂ ਸਾਹਿਬ ਕਿਸੇ ਦੇ ਦੁਸ਼ਮਣ ਨਹੀਂ ਸਨ। ਉਹਨਾਂ ਦੇ ਮਨ ਅੰਦਰ ਕਿਸੇ ਪ੍ਰਤੀ ਨਫ਼ਰਤ ਨਹੀਂ ਸੀ, ਈਰਖਾ ਨਹੀਂ ਸੀ, ਦੁਵੇਸ਼ ਨਹੀਂ ਸੀ। ਜੇ ਕੋਈ ਲੜਨ ਵਾਸਤੇ ਆਇਆ, ਮਹਾਰਾਜ ਜੀ ਨੇ ਉਸਦਾ ਜਵਾਬ ਦਿੱਤਾ ਹੈ। ਜੇ ਕੋਈ ਹਥਿਆਰ ਲੈ ਕੇ ਚੜ੍ਹ ਕੇ ਆਇਆ, ਮਾਰਨ ਵਾਸਤੇ ਹੀ ਆ ਗਿਆ, ਮਹਾਰਾਜ ਜੀ ਨੇ ਉਹਦਾ ਜਵਾਬ ਦਿੱਤਾ, ਉਹਨੂੰ ਰੋਕਿਆ। ਸਤਿਗੁਰੂ ਜੀ ਮਹਾਰਾਜ ਆਪ ਕਿਸੇ 'ਤੇ ਹਮਲਾ ਕਰਨ ਵਾਸਤੇ ਤਾਂ ਉਮਰ ਨਹੀਂ ਗਏ। 14 ਜੰਗਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀਆਂ, 4 ਜੰਗਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ। ਕੋਈ ਵੀ ਜੰਗ ਕਿਸੇ ਨੂੰ ਮਾਰਨ ਵਾਸਤੇ, ਕਿਸੇ ਦਾ ਘਰ ਲੁੱਟਣ ਬਰਬਾਦ ਕਰਨ ਵਾਸਤੇ, ਧਨ ਜੋਰੂ ਇਹਨਾਂ ਵਾਸਤੇ ਹੋਈਆਂ ਹੀ ਨਹੀਂ। ਇਹਨਾਂ ਸਾਰੀਆਂ ਜੰਗਾਂ ਵਿੱਚ ਦੂਸਰੇ ਰਾਜੇ ਗੁਰੂ ਸਾਹਿਬ ਜੀ 'ਤੇ ਚੜ੍ਹ ਕੇ ਆਏ ਸਨ। ਗੁਰੂ ਸਾਹਿਬ ਜੀ ਨੇ ਉਹਨਾਂ ਨਾਲ ਜੰਗ ਕੀਤਾ ਅਤੇ ਵਿਜੇ ਹਾਸਲ ਕੀਤੀ। ਇਸ ਕਰਕੇ ਖਾਲਸੇ ਦਾ ਇਹ ਕਾਨੂੰਨ ਹੈ, ਪਹਿਲਾਂ ਕਿਸੇ ਨੂੰ ਕੁਝ ਕਹਿਣਾ ਨਹੀਂ ਅਤੇ ਵਾਰ ਸਹਿਣਾ ਵੀ ਨਹੀਂ। ਸੋ ਗੁਰੂ ਸਾਹਿਬ ਜੀ ਦਾ ਸਭ ਨਾਲ ਪਿਆਰ ਸੀ। ਇਹ ਖਾਨ ਵੇਖੋ ਕਿੰਨਾ ਪਰਮਾਤਮਾ ਨੂੰ ਮੰਨਣ ਵਾਲਾ ਹੈ। ਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਨਮਸਕਾਰ ਕਰਕੇ ਮਹਾਰਾਜ ਜੀ ਨੂੰ ਕਹਿੰਦਾ, ਸਤਿਗੁਰੂ ਜੀ ਮੈਨੂੰ ਆਪਣਾ ਸੇਵਕ ਬਣਾ ਲਓ ਅਤੇ ਉਹ ਮਤ ਦੇ ਦਿਓ ਜਿਸ ਮਤ ਨਾਲ ਤੁਹਾਡੇ ਵਾਂਗ ਮੈਂ ਵੀ ਖੁਦਾ ਦੇ ਨਾਲ ਇੱਕ ਮਿਕ ਹੋ ਜਾਵਾਂ। ਨਿਤ ਪ੍ਰਤ ਦੇਹੋ ਸ਼ੁੱਧ ਨਿਆਹਾਰ, ਬਚ ਦੁਰਾਏ ਕਰ ਇੱਕ ਦੀਨਾਰ। ਸਤਿਗੁਰੂ ਜੀ ਮਹਾਰਾਜ, ਮੈਂ ਰੋਜ਼ ਹੀ ਭੋਜਨ ਛਕਦਾ ਹਾਂ, ਜੋ ਬਚ ਜਾਂਦਾ ਹੈ ਉਸ ਨੂੰ ਇੱਕ ਦਿਨਾਰ ਵਿੱਚ ਰੱਖ ਦਿੰਦਾ ਹਾਂ। ਜਾਂ ਤੈ ਬਿਦ ਤੈ ਅਦਕ ਜਹਾਨ, ਚੱਲੇ ਕਹਾਣੀ ਏਵ ਮਾਨ। ਸਤਿਗੁਰੂ ਜੀ, ਮੇਰੀ ਜ਼ਿੰਦਗੀ ਇੱਦਾਂ ਹੀ ਬੀਤਦੀ ਜਾ ਰਹੀ ਹੈ। ਦੇਖੋ, ਅੱਜ ਦੇ ਯੁੱਗ ਦੇ ਵਿੱਚ ਲੋੜਾਂ ਦਾ ਧਰਮ ਰਹਿ ਗਿਆ। ਮਨੁੱਖ ਦਾ ਸਵਾਰਥ ਹੀ ਧਰਮ ਹੈ, ਹੋਰ ਕੁਝ ਨਹੀਂ ਹੈ। ਜਿਸ ਧਰਮ ਵਿੱਚ ਮੇਰਾ ਸਵਾਰਥ ਪੂਰਾ ਨਹੀਂ ਹੋ ਰਿਹਾ, ਲੋਕ ਉਹਨੂੰ ਛੱਡ ਕੇ ਦੂਜੇ ਵਿੱਚ ਚਲੇ ਜਾਂਦੇ ਨੇ, ਦੂਸਰੀ ਕਮਿਊਨਿਟੀ ਵਿੱਚ ਚਲੇ ਜਾਂਦੇ ਨੇ। ਜਿਸ ਵਿੱਚ ਮੈਂ ਐਡਜਸਟ ਨਹੀਂ ਹੁੰਦਾ, ਮੈਂ ਉਹਨਾਂ ਕਾਨੂੰਨਾਂ ਨੂੰ ਛੱਡ ਕੇ ਦੂਸਰੀ ਕਮਿਊਨਿਟੀ ਦੇ ਰੂਲ ਫੋਲੋ ਕਰਦਾ, ਆਹ ਧਰਮ ਹੈ ਅੱਜ ਦੇ ਟਾਈਮ ਦਾ। ਪੰਜਾਬ ਦੇ ਵਿੱਚ ਬਹੁਤਾ ਈਸਾਈਅਤ ਦਾ ਜ਼ੋਰ ਸੀ, ਅੱਜ ਵੀ ਹੈ। ਜੋ ਖੋਜਬੀਨ ਪੜਚੋਲ ਕੀਤੀ ਉਹਦੇ ਮੁਤਾਬਕ ਸਿੱਟਾ ਇਹ ਨਿਕਲਿਆ ਵੀ ਜਿਹੜੇ ਬੰਦੇ ਗਰੀਬ ਤਬਕੇ ਦੇ ਸੀ, ਸਿੱਖ ਹੋਣ ਦੇ ਨਾਤੇ ਜਿਨ੍ਹਾਂ ਦੀ ਬਾਂਹ ਸਿੱਖ ਨਹੀਂ ਫੜ ਸਕੇ, ਜਿਨ੍ਹਾਂ ਗੱਲਾਂ ਤੋਂ ਗੁਰੂ ਸਾਹਿਬ ਜੀ ਨੇ ਵਰਜਿਆ ਜਦੋਂ ਸਾਡੇ ਸਥਾਨਾਂ 'ਤੇ ਹੋਣ ਲੱਗ ਪਈਆਂ, ਭਾਂਡੇ ਵੱਖਰੇ ਕਰ ਦਿੱਤੇ, ਫੰਕਸ਼ਨਾਂ 'ਤੇ ਆਪਸੀ ਕਲੇਸ਼ ਹੋਣ ਲੱਗ ਪਈ, ਫਿਰ ਉਹ ਜਾਤ ਪਾਤ ਦਾ ਜੰਜਾਲ ਪਸਰ ਗਿਆ। ਈਸਾਈਆਂ ਨੇ ਕੀ ਕੀਤਾ, ਜਿਹੜੇ ਪਾਦਰੀ ਸਨ ਉਹਨਾਂ ਨੇ ਆਪਣੇ ਵੱਲ ਖਿੱਚਿਆ ਵੀ ਤੁਸੀਂ ਸਾਡੇ ਵੱਲ ਆਓ, ਅਸੀਂ ਤੁਹਾਡੀ ਹੈਲਪ ਕਰਦੇ ਹਾਂ। ਜਿਹਨੂੰ ਦੁਕਾਨ ਚਾਹੀਦੀ ਉਹਨੂੰ ਦੁਕਾਨ ਦੇ ਦਿੱਤੀ, ਜਿਹਨੂੰ ਮਕਾਨ ਚਾਹੀਦਾ ਮਕਾਨ ਦੇ ਦਿੱਤਾ, ਜਿਹਦੇ ਬੱਚੇ ਦੀ ਫੀਸ ਨਹੀਂ ਭਰੀ ਜਾਂਦੀ ਉਹਨੂੰ ਫਰੀ ਪੜ੍ਹਾ ਰਹੇ ਨੇ, ਲਾਲਚ ਦੇ ਕੇ ਧਰਮ ਵਿੱਚ ਲੈ ਕੇ ਆ ਰਹੇ ਨੇ। ਸੋ ਸਿੱਖੀਜ਼ਮ ਲਾਲਚ ਦਾ ਧਰਮ ਨਹੀਂ ਹੈ, ਨਾ ਇੱਥੇ ਕਿਸੇ ਨੂੰ ਲਾਲਚ ਦਿੱਤਾ ਜਾਂਦਾ ਹੂਰਾਂ ਦਾ, ਨਾ ਸਵਰਗ ਨਰਕ ਦਾ ਲਾਲਚ ਹੈ, ਨਾ ਇੱਥੇ ਇਹ ਲਾਲਚ ਹੈ ਵੀ ਤੁਸੀਂ ਸਿੱਖ ਬਣੋ ਤੁਹਾਨੂੰ ਦਰਗਾਹ ਵਿੱਚ ਥਾਂ ਮਿਲੇਗੀ, ਨਹੀਂ। ਸਿੱਖੀਜ਼ਮ ਜਿਹੜਾ ਹੈ
ਇਹ ਇੱਕ ਚੰਗੀ ਨਿਆਇਕ ਵਿਵਸਥਾ ਅਨੁਸਾਰ ਮਹਾਰਾਜ ਜੀ ਨੇ ਸਮਾਜ ਨੂੰ ਚੰਗੀ ਦਿਸ਼ਾ ਨਿਰਦੇਸ਼ ਵੱਲ ਤੋਰਨ ਵਾਸਤੇ ਪਰਮਾਤਮਾ ਦੇ ਸੱਚ ਦੇ ਉੱਪਰ ਜੋ ਪੜਦਾ ਪਿਆ ਸੀ ਉਹ ਚੁੱਕਿਆ। ਸਿੱਖ ਦਾ ਮਤਲਬ ਹੁੰਦਾ ਸਟੂਡੈਂਟ, ਸਿੱਖਿਆਰਥੀ, ਵਿਦਿਆਰਥੀ। ਸਿੱਖ ਕਿਹਦੇ ਹਾਂ? ਅਸੀਂ ਗੁਰੂ ਦੇ ਸਿੱਖ ਹਾਂ। ਅਤੇ ਗੁਰੂ ਸਾਨੂੰ ਕੀ ਦੱਸਦਾ ਹੈ? ਗੁਰੂ ਸਾਨੂੰ ਇਹ ਕਹਿੰਦਾ ਹੈ ਵੀ ਇੱਕ ਚੰਗੇ ਇਨਸਾਨ ਬਣੋ। ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਸ ਕਰਕੇ ਇਹ ਜਿਹੜੀ ਸਿੱਖੀਜ਼ਮ ਹੈ, ਜੋ ਸਿੱਖ ਵਿਚਾਰਧਾਰਾ ਹੈ, ਸਿੱਖ ਆਈਡੀਓਲੋਜੀ, ਇਹ ਕਿਸੇ ਨੂੰ ਵੀ ਨਹੀਂ ਮੰਨਦੀ। ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਣ। ਅਸੀਂ ਨਾ ਹਿੰਦੂਆਂ ਨਾ ਮੁਸਲਮਾਨ, ਸਾਡੀ ਵਿਚਾਰ ਕੇਵਲ ਇੱਕ ਪਰਮਾਤਮਾ ਨਾਲ ਜੁੜੀ ਹੈ। ਅਸੀਂ ਉਹ ਅਕਾਲ ਪੁਰਖ ਪਰਮਾਤਮਾ ਦੇ ਹੀ ਬੰਦੇ ਹਾਂ ਜਿਸ ਨੇ ਸਾਰੀ ਸ੍ਰਿਸ਼ਟੀ ਬਣਾਈ ਹੈ। ਸਾਡਾ ਪਹਿਰਾਵਾ ਦੁਨੀਆ ਤੋਂ ਕੋਈ ਵੱਖਰਾ ਨਹੀਂ ਹੈ, ਬਲਕਿ ਸਾਡਾ ਪਹਿਰਾਵਾ ਉਹ ਹੈ ਜੋ ਪਰਮਾਤਮਾ ਨੇ ਦਿੱਤਾ ਹੈ। ਕਿਸੇ ਸੱਜਣ ਨੇ ਸਵਾਲ ਕਰ ਲਿਆ ਵੀ ਤੁਸੀਂ ਕੇਸ ਕਿਉਂ ਰੱਖਦੇ ਹੋ? ਅਤੇ ਮੈਂ ਉਹਦਾ ਜਵਾਬ ਦਿੱਤਾ ਵੀ ਜੇ ਮੈਂ ਤੈਨੂੰ ਪੁੱਛਾਂ ਤੁਸੀਂ ਆਪਣੇ ਹੱਥ ਕਿਉਂ ਰੱਖਦੇ ਹੋ, ਤੁਹਾਡਾ ਕੀ ਜਵਾਬ ਹੋਏਗਾ? ਉਹ ਕਹਿੰਦਾ ਵੀ ਇਹਦਾ ਕੀ ਜਵਾਬ ਹੋਏਗਾ ਵੀ ਹੱਥ ਤਾਂ ਕਿਉਂ ਰੱਖਣੇ, ਹੱਥ ਕਟਾਉਣੇ ਕਿਉਂ? ਮੈਂ ਬਸ ਇਹੋ ਹੀ ਜਵਾਬ ਮੇਰਾ ਵੀ ਕੇਸ ਕਟਾਉਣੇ ਕਿਉਂ, ਸਵਾਲ ਤਾਂ ਇਹ ਹੈ, ਕੇਸ ਰੱਖਣੇ ਕਿਉਂ? ਸਵਾਲ ਬਣਦਾ ਹੀ ਨਹੀਂ, ਕਿਉਂਕਿ ਇਹ ਪਰਮਾਤਮਾ ਨੇ ਨਾਲ ਹੀ ਦਿੱਤੇ ਨੇ। ਕੇਸ ਗੁਰੂ ਦੀ ਮੋਹਰ, ਕੇਸ ਪਰਮਾਤਮਾ ਦੀ ਵੀ ਮੋਹਰ ਹੈ। ਸਭਨਾਂ ਨੂੰ ਬਰਾਬਰ ਕੀਤਾ ਉਸਨੇ, ਭੇਦਭਾਵ ਰੱਖਿਆ ਹੀ ਨਹੀਂ, ਬਲਕਿ ਕੇਸ ਕਟਾਉਣ ਵਾਲਾ ਭੇਦਭਾਵ ਕਰਦਾ ਪਿਆ ਵੀ ਮੈਂ ਮੁਸਲਮਾਨ ਹਾਂ ਅਤੇ ਮੈਂ ਕੈਂਚੀ ਲਗਾਵਾਂਗਾ, ਕਲਮਾ ਰੱਖ ਲਵਾਂਗਾ, ਜੇ ਮੈਂ ਪੰਡਿਤ ਹਾਂ ਤਾਂ ਮੈਂ ਬੋਧੀ ਰੱਖ ਲਵਾਂਗਾ। ਕੇਸ ਕਟਾਉਣ ਨਾਲ ਭੇਦਭਾਵ ਹੋ ਰਿਹਾ, ਕੇਸ ਰੱਖਣ ਵਾਲਾ ਭੇਦਭਾਵ ਨਹੀਂ, ਸਾਰੇ ਇੱਕੋ ਜਿਹੇ ਲੱਗਦੇ ਨੇ। ਸੋ ਇਹ ਸਵਾਲਾਤ ਸਮਾਜ ਵਿੱਚ ਆਉਂਦੇ ਨੇ, ਬਹੁਤੀ ਥਾਈਂ ਸਾਨੂੰ ਇਹਨਾਂ ਦਾ ਸਾਹਮਣਾ ਵੀ ਕਰਨਾ ਪੈਂਦਾ। ਇਹਨਾਂ ਦਾ ਇੱਕੋ ਹੀ ਹੱਲ ਹੈ ਵੀ ਸਤਿਗੁਰੂ ਗੁਰੂ ਗਰੀਬ ਨਿਵਾਸ ਜੀ ਨੇ ਜੋ ਗੁਰਬਾਣੀ ਦੇ ਅੰਦਰ ਸਾਨੂੰ ਸਮਾਜ ਦੇ ਵਿੱਚ ਵਿਚਰਨ ਵਾਲੇ ਗੁਣ ਦਿੱਤੇ ਨੇ, ਉਹਨਾਂ ਗੁਣਾਂ ਦੇ ਉੱਪਰ ਪਹਿਰਾ ਦੇਈਏ, ਆਪਣੇ ਉਸ ਰੂਪ 'ਤੇ ਕਾਇਮ ਰਹੀਏ ਜੋ ਪਰਮਾਤਮਾ ਨੇ ਸਾਨੂੰ ਬਖਸ਼ਿਆ, ਉਹਦੀ ਸੰਭਾਲ ਕਰੀਏ। ਕੇਸ ਪਰਮਾਤਮਾ ਨੇ ਦਿੱਤੇ ਨੇ, ਇਹਦੀ ਸੰਭਾਲ ਕਰਨਾ ਸਾਡਾ ਫਰਜ਼ ਹੈ। ਦਾੜੇ ਨੂੰ ਵਾਹੁਣਾ, ਕੇਸਾਂ ਦੀ ਸੰਭਾਲ ਕਰਨਾ, ਸਿਰ 'ਤੇ ਪਗੜੀ ਬੰਨ੍ਹਣਾ, ਦਸਤਾਰ ਸਜਾਉਣਾ, ਬਾਦਸ਼ਾਹਤ ਦੀ ਨਿਸ਼ਾਨੀ ਹੈ। ਕੇਵਲ ਅਤੇ ਕੇਵਲ ਬਾਦਸ਼ਾਹ ਲੋਕ ਉਹ ਹੀ ਸਿਰ 'ਤੇ ਪਗੜੀ ਬੰਨ੍ਹ ਸਕਦੇ ਸਨ, ਸਾਡੇ ਗੁਰੂ ਨੇ ਪੱਗ ਬੰਨ੍ਹਣ ਦਾ ਹੁਕਮ ਦੇ ਦਿੱਤਾ। ਸਾਰੇ ਜੀਵਾਂ ਨੂੰ ਆਪਣੀ ਹਿਫਾਜ਼ਤ ਕਰਨੀ ਆਉਂਦੀ ਹੈ। ਤੁਸੀਂ ਕੀੜੀ ਨੂੰ ਹੱਥ ਲਗਾਓ, ਕੀੜੀ ਦੰਦੀ ਵੱਢੇਗੀ। ਸੱਪ ਨੂੰ ਖਤਰਾ ਮਹਿਸੂਸ ਹੋਵੇ, ਡੰਗ ਮਾਰੇਗਾ। ਬਿੱਛੂ ਕੋਲ ਜ਼ਹਿਰ ਹੈ, ਕੁੱਤੇ ਕੋਲ ਪੰਜੇ ਨੇ, ਸ਼ੇਰ ਕੋਲ ਦੰਦ ਨੇ, ਪੰਜੇ ਨੇ, ਇਨਸਾਨ ਕੋਲ ਕੀ ਹੈ? ਇਨਸਾਨ ਕੋਲ ਦਿਮਾਗ ਹੈ। ਇਨਸਾਨ ਦਾ ਸਭ ਤੋਂ ਵੱਡਾ ਹਥਿਆਰ ਹੈ ਇਸ ਦਾ ਮਾਇੰਡ, ਇਸ ਦਾ ਦਿਮਾਗ। ਮਹਾਰਾਜ ਜੀ ਨੇ ਆਖਿਆ ਜੇਕਰ ਅਸੀਂ ਆਪਣੀ ਹਿਫਾਜ਼ਤ ਕਰਨੀ ਹੈ ਤਾਂ ਸਾਨੂੰ ਆਪਣੇ ਕੋਲ ਸ਼ਸਤਰ ਰੱਖਣਾ ਜ਼ਰੂਰੀ ਹੈ। ਇਸ ਕਰਕੇ ਗਾਤਰੇ ਕਿਰਪਾਨ ਇਹ ਮਹਾਰਾਜ ਜੀ ਨੇ ਪੱਕੇ ਤੌਰ 'ਤੇ ਨੀਯਤ ਕਰ ਦਿੱਤੀ। ਤਿੰਨ ਕਕਾਰ, ਕੇਸਾਂ ਦੀ ਸੰਭਾਲ ਵਾਸਤੇ ਕੰਘਾ, ਅਤੇ ਫਿਰ ਮਹਾਰਾਜ ਜੀ ਨੇ ਕਿਰਪਾਨ ਵੀ ਦੇ ਦਿੱਤੀ। ਰਹਿ ਗਿਆ ਕੜਾ। ਕੜੇ ਦੀ ਮਹੱਤਤਾ ਕੀ ਹੈ? ਜਦੋਂ ਪੁਰਾਣੇ ਸਮੇਂ ਦੇ ਵਿੱਚ ਲੋਕਾਂ ਨੇ ਹੱਥਾਂ ਵਿੱਚ ਕੰਗਣ ਪਾਉਣੇ, ਚੂੜੀਆਂ ਪਾਉਣੀਆਂ, ਅਤੇ ਉਹ ਬੁਜ਼ਦਿਲਤਾ ਦੀ ਨਿਸ਼ਾਨੀ ਸੀ।
ਸਤਿਗੁਰੂ ਜੀ ਮਹਾਰਾਜ ਜੀ ਨੇ ਆਖਿਆ ਐਸਾ ਹਥਿਆਰ ਹੱਥ ਵਿੱਚ ਪਾਓ ਜਿਹਦੇ ਨਾਲ ਤੁਸੀਂ ਸੁਰੱਖਿਅਤ ਵੀ ਮਹਿਸੂਸ ਕਰੋ ਅਤੇ ਉਸ ਹਥਿਆਰ ਦੇ ਨਾਲ ਕੰਫਰਟ ਵੀ ਹੋਵੇ। ਸੋ ਗੁਰੂ ਸਾਹਿਬ ਜੀ ਨੇ ਆ ਕੜਾ ਬਣਾਇਆ। ਇਹ ਇੱਕ ਹਥਿਆਰ ਵੀ ਹੈ ਅਤੇ ਇਹ ਸਾਨੂੰ ਦੱਸਦਾ ਵੀ ਹੈ ਵੀ ਜਦੋਂ ਵੀ ਮੁਸੀਬਤ ਆਏ ਉਦੋਂ ਅਸੀਂ ਆਪਣੇ ਆਪ ਨੂੰ ਹਿਫਾਜ਼ਤ ਕਿਵੇਂ ਕਰਨੀ ਹੈ। ਇਸ ਦੇ ਨਾਲ ਨਾਲ ਸਾਡੇ ਇਹ ਹੱਥਾਂ ਵਿੱਚ ਗੁਰੂ ਦੀ ਦਿੱਤੀ ਨਿਸ਼ਾਨੀ ਹੈ, ਕਿਤੇ ਇਹਨਾਂ ਹੱਥਾਂ ਨਾਲ ਕਿਸੇ ਦਾ ਘਰ ਨਾ ਤਬਾਹ ਕਰੀਏ। ਇਹਨਾਂ ਹੱਥਾਂ ਨਾਲ ਜਦੋਂ ਵੀ ਸੱਜੇ ਹੱਥ ਵਿੱਚ ਕੜਾ ਪਾਇਆ, ਜਦੋਂ ਇਹ ਹੱਥ ਕਿਤੇ ਵਧਣ ਕੰਮ ਕਰਨ ਵਾਸਤੇ, ਗੁਰੂ ਦੀ ਨਿਸ਼ਾਨੀ ਮੇਰੇ ਸਾਹਮਣੇ ਆਵੇ, ਮੈਨੂੰ ਚੇਤੇ ਆ ਜਾਵੇ ਵੀ ਮੇਰੇ ਮਾਲਕ ਦਾ ਹੁਕਮ ਹੈ ਸਰਬੱਤ ਦਾ ਭਲਾ, ਮੈਂ ਭਲਾ ਕਰਾਂ। ਕਸ਼ਹਿਰਾ ਜਿਹੜਾ ਹੈ, ਕਕਾਰ ਜਿਸ ਨੂੰ ਮੰਨਿਆ ਗਿਆ, ਸਤਿਗੁਰੂ ਜੀ ਮਹਾਰਾਜ ਜੀ ਨੇ ਘੋੜ ਸਵਾਰੀ ਕਰਨ ਵਾਸਤੇ, ਸ਼ਸਤਰ ਵਿੱਦਿਆ ਦਾ ਅਭਿਆਸ ਕਰਨ ਵਾਸਤੇ ਅਤੇ ਸਮਾਜ ਵਿੱਚ ਵਿਚਰਨ ਵਾਸਤੇ ਇੱਕ ਐਸਾ ਕੱਪੜਾ ਤਿਆਰ ਕਰਵਾਇਆ ਜਿਸ ਨੂੰ ਪਹਿਨ ਕੇ ਅਸੀਂ ਮਾਵਾਂ ਭੈਣਾਂ ਧੀਆਂ ਦੇ ਵਿੱਚ ਜੇਕਰ ਵਿਚਰਦੇ ਹਾਂ ਸਾਨੂੰ ਸ਼ਰਮ ਮਹਿਸੂਸ ਨਹੀਂ ਆਉਂਦੀ। ਕੋਈ ਅੰਡਰਵੇਅਰ ਪਹਿਨ ਕੇ ਘੁੰਮ ਨਹੀਂ ਸਕਦਾ ਕਿਉਂਕਿ ਉਹਨੂੰ ਸ਼ਰਮ ਮਹਿਸੂਸ ਆਏਗੀ ਵੀ ਮੈਂ ਕਿੱਡੇ ਕੱਪੜੇ ਪਾਏ ਨੇ। ਪਰ ਕਸ਼ਹਿਰਾ ਪਾਓ, ਤੁਸੀਂ ਸਮਾਜ ਵਿੱਚ ਵਿਚਰੋ, ਤੁਹਾਨੂੰ ਕੋਈ ਸ਼ਰਮ ਮਹਿਸੂਸ ਨਹੀਂ ਆਏਗੀ ਕਿਉਂਕਿ ਘੁਟਨੇ ਦੀਆਂ ਚੱਪੜੀਆਂ ਤੱਕ ਇਹ ਸਰੀਰ ਨੂੰ ਕਵਰ ਕਰਦਾ ਹੈ। ਉਜਲੀ ਮੱਤ ਦਾ ਪ੍ਰਤੀਕ ਹੈ। ਸੋ ਇਹ ਕਕਾਰ ਵੀ ਮਹਾਰਾਜ ਜੀ ਨੇ ਦਿੱਤੇ। ਇਹਨਾਂ ਵਿੱਚ ਕੋਈ ਭੇਦਭਾਵ ਨਹੀਂ ਸੀ ਵੀ ਇਹ ਮੁਸਲਮਾਨ ਨਹੀਂ ਪਾ ਸਕਦੇ, ਕੇਸ ਮੁਸਲਮਾਨ ਵੀ ਰੱਖ ਸਕਦੇ ਨੇ, ਕੜਾ ਹੱਥ ਵਿੱਚ ਮੁਸਲਮਾਨ ਵੀ ਪਾ ਸਕਦੇ ਨੇ। ਰਹੀ ਗੱਲ ਕਸ਼ਹਿਰੇ ਦੀ, ਕੋਈ ਵੀ ਪਾ ਸਕਦਾ, ਇਕੱਲੇ ਸਿੱਖ ਹੀ ਨਹੀਂ ਪਾ ਸਕਦੇ। ਪਰ ਸਿੱਖਾਂ ਵਾਸਤੇ ਇਹ ਪੰਜ ਕਕਾਰ ਲਾਜ਼ਮੀ ਨੇ। ਮਹਾਰਾਜ ਜੀ ਨੇ ਕਿਤੇ ਵੀ ਕੋਈ ਭੇਦਭਾਵ ਨਹੀਂ ਰੱਖਿਆ। ਇਸ ਕਰਕੇ ਮੁਸਲਮਾਨਾਂ ਦਾ ਗੁਰੂ ਸਾਹਿਬ ਜੀ ਦੇ ਨਾਲ ਬਹੁਤ ਪ੍ਰੇਮ ਹੈ, ਪਿਆਰ ਹੈ। ਸੋ ਇਉਂ ਇਹ ਜਿਹੜਾ ਖਾਨ ਹੈ, ਇਹ ਗੁਰੂ ਸਾਹਿਬ ਜੀ ਦੇ ਸਨਮੁਖ ਹੋ ਕੇ, ਨਤਮਸਤਕ ਹੋ ਕੇ ਮਹਾਰਾਜ ਜੀ ਤੋਂ ਆਸ਼ੀਰਵਾਦ ਲੈ ਰਹੇ। ਆਓ ਵਿਚਾਰ ਕਰੀਏ। ਸਾਧ ਸਾਧ ਸਾਧੂ ਖਨ ਖਾਨਾ ਤੇਰੇ ਖਾਨੇ ਵਿਖੇ ਬਤਾਨਾ। ਐ ਸਤਿਗੁਰੂ ਜੀ, ਤੁਸੀਂ ਸਾਧੂਆਂ ਦੇ ਵਿੱਚ ਸਾਧੂ ਹੋ, ਮਹਾਂਪੁਰਸ਼ਾਂ ਦੇ ਵਿੱਚ ਮਹਾਂਪੁਰਸ਼ ਹੋ। ਇਹ ਕਿਉਂ ਆਖਿਆ? ਹਿੰਦੁਸਤਾਨ ਦੀ ਧਰਤੀ 'ਤੇ ਧਰਮ ਨੂੰ ਮੰਨਣ ਦੇ ਦੋ ਤਰੀਕੇ ਸਨ। ਇੱਕ ਗ੍ਰਸਤ ਨੂੰ ਪ੍ਰਵਾਨਗੀ ਨਹੀਂ ਸੀ, ਇੱਕ ਸੀ ਸੰਨਿਆਸ, ਸਾਧੂ ਬਣ ਜਾਣਾ। ਘਰ ਬਾਰ ਕੱਪੜੇ ਮਾਇਆ ਆਦਿ ਦਾ ਤਿਆਗ ਕਰਕੇ ਜੰਗਲਾਂ ਵਿੱਚ ਚਲੇ ਗਏ, ਉੱਥੇ ਭਗਤੀ ਕਰਦੇ ਰਹੇ, ਚਲੋ ਜੀ ਰਾਮ ਨਾਮ ਜਪਦੇ, ਜ਼ਿੰਦਗੀ ਬਤੀਤ ਕਰ ਦਿੱਤੀ। ਇੱਕ ਮਾਰਗ ਪ੍ਰਵਾਨ ਹੈ, ਦੂਸਰੇ ਨੂੰ ਪ੍ਰਵਾਨਗੀ ਨਹੀਂ। ਇੱਕ ਸੰਤ ਹੈ ਅਤੇ ਇੱਕ ਸਿਪਾਹੀ ਹੈ। ਸੰਤ ਵੀ ਸਮਾਜ ਦੇ ਹੇਤੂ ਹੈ ਅਤੇ ਸਿਪਾਹੀ ਵੀ ਸਮਾਜ ਦੇ ਹੇਤੂ ਹੈ, ਪਰ ਦੋਵਾਂ ਵਿੱਚ ਇੱਕ ਬਹੁਤ ਵੱਡੀ ਗੜਬੜ ਹੈ, ਖਾਮੀ ਹੈ। ਸੰਤ ਲੜ ਨਹੀਂ ਸਕਦਾ ਅਤੇ ਸਿਪਾਹੀ ਪੜ੍ਹ ਨਹੀਂ ਸਕਦਾ। ਇੱਕ ਅਨਪੜ੍ਹ ਵਿਅਕਤੀ ਕੀ ਜਾਣੇ ਵੀ ਕੀ ਚੰਗਾ ਅਤੇ ਕੀ ਮਾੜਾ। ਇੱਕ ਪੜ੍ਹਿਆ ਲਿਖਿਆ ਵਿਅਕਤੀ ਉਹ ਹਥਿਆਰ ਨਹੀਂ ਚੁੱਕ ਸਕਦਾ। ਜਦੋਂ ਕੋਈ ਲੜਾਈ ਦੀ ਗੱਲਬਾਤ ਚੱਲਦੀ ਹੈ, ਮਸਲਾ ਛਿੜਦਾ ਹੈ, ਜਿਹੜੇ ਪੜ੍ਹੇ ਲਿਖੇ ਜਿਨ੍ਹਾਂ ਅਗਵਾਈ ਦੇਣੀ ਹੈ ਉਹ ਜੰਗਲਾਂ ਨੂੰ ਭੱਜ ਜਾਂਦੇ ਨੇ, ਅਨਪੜ੍ਹਾਂ ਦੇ ਹੱਥ ਵਿੱਚ ਤਲਵਾਰ ਫੜਾ ਦਿੰਦੇ ਨੇ। ਤਾਂ ਫਿਰ ਇਹ ਸਮਾਜ ਆਪਣਾ ਇੱਕ ਚੰਗਾ ਨਾਇਕ ਨਹੀਂ ਸਿਰਜ ਸਕਿਆ। ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਇੱਥੇ ਸਿਕੰਦਰਾਂ ਦਾ, ਲੋਧੀਆਂ ਦਾ, ਬਾਬਰ ਦਾ ਜਿਹੜਾ ਹੌਲੀ ਹੌਲੀ ਰਾਜ ਆਇਆ ਗੁਰੂ ਨਾਨਕ ਸਾਹਿਬ ਜੀ ਤੱਕ, ਇਹਦਾ ਕਾਰਨ ਕੀ ਸੀ?
ਕਿ ਇੱਥੋਂ ਦੇ ਲੋਕ ਜਾਤ ਪਾਤ ਵਿੱਚ ਤਾਂ ਵੰਡੇ ਹੀ ਹੋਏ ਸਨ, ਪਰ ਜਿਹੜੇ ਪੜ੍ਹੇ ਲਿਖੇ ਸਿਆਣੇ ਜੋਗੀ ਨਾਥ ਸਨ ਉਹ ਜੰਗਲਾਂ 'ਚ ਰਹਿੰਦੇ ਸਨ, ਅਤੇ ਜਿਹੜੇ ਈਰਸ਼ਾਲੂ ਕ੍ਰੋਧੀ ਅਹੰਕਾਰੀ ਉਹ ਰਾਜੇ ਬਣ ਕੇ ਬੈਠ ਗਏ ਸਨ। ਸੋ ਮਹਾਰਾਜ ਜੀ ਇਹ ਚਾਹੁੰਦੇ ਸਨ ਵੀ ਇੱਕੋ ਹੀ ਵਿਅਕਤੀ ਜਿਸ ਅੰਦਰ ਸੰਤ ਦੇ ਗੁਣ ਵੀ ਹੋਣ ਅਤੇ ਜਿਹੜਾ ਸਿਪਾਹੀ ਵੀ ਹੋਵੇ। ਮਹਾਰਾਜ ਜੀ ਐਸਾ ਇੱਕ ਵਿਅਕਤੀ ਤਿਆਰ ਕਰਨਾ ਚਾਹੁੰਦੇ ਸਨ ਜਿਸ ਨੂੰ ਤਿਆਰ ਕਰਨ ਵਿੱਚ ਬੜਾ ਲੰਮੇਰਾ ਸਮਾਂ ਲੱਗਣਾ ਹੈ। ਪਹਿਲਾਂ ਲੋਕਾਂ ਨੂੰ ਸ਼ਿਕਸ਼ਾ ਦੇਣੀ ਪੈਣੀ ਹੈ, ਸੰਤ ਬਣਾਉਣਾ ਪੈਣਾ ਹੈ, ਫਿਰ ਉਹਨਾਂ ਨੂੰ ਇਹ ਸਿਖਾਉਣਾ ਪੈਣਾ ਵੀ ਹਥਿਆਰ ਕਿਵੇਂ ਚਲਾਉਣਾ। ਅਤੇ 10 ਜਾਮੇ ਲੱਗੇ ਮਹਾਰਾਜ ਜੀ ਨੂੰ ਇੱਕ ਇਨਸਾਨ ਨੂੰ ਪੂਰਨ ਕਰਨ ਵਿੱਚ, ਵੀ ਉਹ ਸੰਤ ਵੀ ਹੋਵੇ ਅਤੇ ਸਿਪਾਹੀ ਵੀ ਹੋਵੇ। ਜਦੋਂ ਇਹ ਸਾਰੇ ਗੁਣ ਇੱਕ ਵਿੱਚ ਆ ਗਏ, ਮਹਾਰਾਜ ਜੀ ਨੇ ਫਿਰ ਇੱਕ ਦਿਨ ਖੰਡੇ ਬਾਟੇ ਦੀ ਪੌਲ ਤਿਆਰ ਕਰਕੇ ਆਪਣੇ ਆਪ ਮਨ ਦੀ ਇੱਛਾ ਦੇ ਨਾਲ ਸਿਰ ਦੀ ਮੰਗ ਕੀਤੀ ਵੀ ਸੰਤ ਵੀ ਉਹ ਬਣ ਸਕਦਾ ਹੈ ਜਿਹੜਾ ਸਮਰਪਿਤ ਹੋਵੇ, ਅਤੇ ਸੱਚਾ ਸਿਪਾਹੀ ਵੀ ਉਹ ਬਣ ਸਕਦਾ ਹੈ ਜਿਹਦੇ ਅੰਦਰ ਸਮਰਪਣ ਦੀ ਭਾਵਨਾ ਹੋਵੇ। ਜਿਸ ਨੂੰ ਮੌਤ ਪਿਆਰੀ ਸੀ, ਜਿਸ ਦੇ ਅੰਦਰ ਗੁਰੂ ਦੇ ਪ੍ਰਤੀ ਪਿਆਰ ਪ੍ਰੇਮ ਸਮਰਪਣ ਭਾਵਨਾ ਸੀ, ਉਹ ਉੱਠ ਕੇ ਗੁਰੂ ਦੇ ਅੱਗੇ ਸਿਰ ਦੇਣ ਵਾਸਤੇ ਆ ਗਏ ਵੀ ਮਹਾਰਾਜ ਤਨ ਮਨ ਧਨ ਸਭ ਸੌਂਪ ਗੁਰੂ ਕੋ, ਸਭ ਕੁਝ ਤੇਰਾ। ਸੋ ਉਸ ਦਿਨ ਮਹਾਰਾਜ ਜੀ ਨੇ ਇਸ ਪੰਥ 'ਤੇ ਇਸ ਮਾਰਗ 'ਤੇ ਚੱਲਣ ਵਾਲਿਆਂ ਨੂੰ ਖਾਲਸਾ ਆਖਿਆ। ਖਾਲਸੋ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ, ਖਾਲਸਾ ਮੇਰਾ ਖਾਸ ਹੈ ਅੰਗਾ, ਖਾਲਸੇ ਕੇ ਹੋਂ ਸਤ ਸਤ ਸੰਗਾ। ਸਤਿਗੁਰੂ ਜੀ ਮਹਾਰਾਜ ਜੀ ਨੇ ਫਿਰ ਇੱਥੇ ਇੱਕ ਹੋਰ ਉਪਦੇਸ਼ ਦਿੱਤਾ, ਰਹਿਣੀ ਰਹਿ ਸੋਈ ਸਿੱਖ ਮੇਰਾ, ਸੋ ਸਾਹਿਬ ਮੈਂ ਉਸ ਕਾ ਚਿਹਰਾ, ਰਹਿਤ ਬਿਨਾ ਨਾ ਸਿੱਖ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ। ਸਿੱਖ ਕੌਣ ਹੈ ਜੋ ਰਹਿਣੀ ਵਿੱਚ ਰਹਿੰਦਾ ਹੈ? ਸਿੱਖ ਕੌਣ ਹੈ ਜੋ ਗੁਰੂ ਦੇ ਹੁਕਮਾਂ ਦੇ ਅਨੁਸਾਰ ਜਿਉਂਦਾ ਹੈ? ਜੋ ਗੁਰੂ ਦੇ ਹੁਕਮਾਂ ਤੋਂ ਬਾਹਰੀ ਹੈ ਉਹ ਕਦੀ ਆਪਣੇ ਆਪ ਨੂੰ ਸਿੱਖ ਨਹੀਂ ਕਵਾ ਸਕਦਾ। ਇਸ ਕਰਕੇ ਮਹਾਰਾਜ ਜੀ ਨੇ ਇਸ ਪੰਥ ਨੂੰ ਖਾਲਸਾ, ਜੋ ਪਿਓਰ ਸਨ ਜਿਨ੍ਹਾਂ ਵਿੱਚ ਕੋਈ ਮਿਲਾਵਟ ਨਹੀਂ, ਜਦੋਂ ਕੋਈ ਖਤਰਾ ਨਹੀਂ ਹੈ ਇਹ ਸਮਾਜ ਦਾ ਭਲਾ ਕਰਦੇ ਨੇ ਜਿੱਦਾਂ ਸੰਤ ਕਰਦਾ, ਸੰਤਾਂ ਵਰਗਾ ਸੁਭਾਅ ਹੈ। ਜਦੋਂ ਕੋਈ ਮੁਸੀਬਤ ਆ ਜਾਵੇ, ਕੋਈ ਹਮਲਾ ਕਰ ਦੇਵੇ, ਕੋਈ ਖਤਰਾ ਹੋਵੇ ਤਾਂ ਇਹ ਡਰ ਕੇ ਕਾਇਰਾਂ ਵਾਂਗ ਭੱਜਦੇ ਨਹੀਂ, ਇਹ ਤਲਵਾਰ ਨੂੰ ਹੱਥ ਪਾ ਕੇ ਡਟ ਕੇ ਖੜ੍ਹੇ ਹੋ ਜਾਂਦੇ ਆ ਵੀ ਤੁਹਾਡੀ ਹਿੰਮਤ ਕਿਵੇਂ ਪਈ, ਹੁਣ ਕਰਕੇ ਦਿਖਾਓ। ਇਹੋ ਹੀ ਤਾਂ ਭਾਰਤੀ ਹਕੂਮਤ ਦੀ ਦੁਰਦਸ਼ਾ ਸੀ ਵੀ ਜਦੋਂ ਕੋਈ ਜੁਰਮਾਨਾ ਬਾਹਰੋਂ ਚੜ੍ਹ ਕੇ ਆ ਜਾਣਾ, ਕੋਈ ਮੁਗਲ ਕੋਈ ਹੋਰ ਦੂਸਰਾ ਡਾਕੂ ਲੁਟੇਰਾ, ਅਤੇ ਇੱਥੋਂ ਦੇ ਲੋਕ ਧਾਰਮਿਕ ਤਾਂ ਸਨ ਪਰ ਲੜਨ ਨਹੀਂ ਜਾਂਦੇ ਸਨ, ਕਾਇਰਾਂ ਵਾਂਗ ਡਰ ਕੇ ਹੱਥ ਜੋੜ ਕੇ ਬਹਿ ਜਾਣਾ, ਗੁਲਾਮ ਬਣ ਜਾਣਾ। ਮੁੱਠੀ ਭਰ ਲੋਕ ਆਉਣੇ, ਇੱਥੋਂ ਦੀ ਆਬਰੂ ਪੱਤ ਇੱਜ਼ਤ ਲੁੱਟ ਕੇ ਲੈ ਜਾਣੀ। ਜਦੋਂ ਮਹਾਰਾਜ ਜੀ ਨੇ ਸੰਤ ਸਿਪਾਹੀ ਤਿਆਰ ਕੀਤੇ, ਉਹ ਹੀ ਨਾਦਰ ਸ਼ਾਹ ਵਾਂਗ ਚੜ੍ਹ ਕੇ ਆਏ। ਜਦੋਂ ਚੜ੍ਹ ਕੇ ਆਏ, ਆ ਤਾਂ ਗਏ ਦਿੱਲੀ ਵੱਲ, ਪਰ ਇੱਥੋਂ ਲੁੱਟ ਕੇ ਜਦੋਂ ਵਾਪਸ ਜਾਣ ਲੱਗੇ, ਗੁਰੂ ਦੇ ਪੁੱਤਰਾਂ ਨੇ ਛਾਤੀਆਂ ਸਾਹਮਣੇ ਕਰ ਦਿੱਤੀਆਂ ਵੀ ਇੱਦਾਂ ਨਹੀਂ ਲੰਘਣ ਜਾਣਾ, ਸਭ ਕੁਝ ਇੱਥੇ ਛੱਡ ਕੇ ਜਾਣਾ ਪਏਗਾ। ਅਤੇ ਜਾਣ ਲੱਗੇ ਚੀਕਾਂ ਮਾਰ ਕੇ ਗਏ ਅਤੇ ਕਹਿੰਦੇ ਵੀ ਇਹ ਕੌਣ ਨੇ, ਇਹਨਾਂ ਦੇ ਘਰ ਘਾਟ ਉਜਾੜ ਦੇਣੇ ਹੈ। ਜਦੋਂ ਪਤਾ ਲੱਗਾ ਵੀ ਨਾ ਇਹਨਾਂ ਦਾ ਘਰ ਹੈ ਨਾ ਘਾਟ, ਕਿੱਧਰੋਂ ਆਉਂਦੇ ਨੇ ਕਿੱਧਰ ਜਾਂਦੇ ਨੇ ਕੋਈ ਸਮਝ ਨਹੀਂ। ਐਸਾ ਖਾਲਸਾ ਸਜਾਇਆ ਜੋ ਸ਼ੇਰਾਂ ਦੇ ਜਬਾੜੇ ਪੈਰ ਰੱਖ ਕੇ ਪਾੜ ਦੇਣ ਲੱਗਾ,
ਹਰੀ ਸਿੰਘ ਨਲਵੇ ਵਰਗੇ ਸਮਰਾਟ ਪੈਦਾ ਕੀਤੇ, ਮਹਾਰਾਜਾ ਰਣਜੀਤ ਸਿੰਘ ਵਰਗਾ ਸ਼ੇਰ ਕਿੱਥੇ, ਬ੍ਰਿਟਿਸ਼ ਗਵਰਨਮੈਂਟ ਈਸਟ ਇੰਡੀਆ ਕੰਪਨੀ ਕਿੱਥੇ, ਮਹਾਰਾਜਾ ਰਣਜੀਤ ਸਿੰਘ ਸੰਧੀਆਂ ਕਰਦੇ ਪਏ ਨੇ ਆਪਸ ਵਿੱਚ। ਕੋਈ ਸਰਕਾਰ ਕਿਸੇ ਨਾਲ ਸੰਧੀ ਕਰਦੀ ਹੈ? ਆਪਣੀ ਬਰਾਬਰ ਦੀ ਧਿਰ ਨਾਲ ਸੰਧੀ ਹੁੰਦੀ ਹੈ। ਮਹਾਰਾਜਾ ਰਣਜੀਤ ਸਿੰਘ ਨੇ ਯੂਰੋਪੀਅਨ, ਅਫਰੀਕਨ ਅਤੇ ਉੱਧਰ ਦੇ ਸਾਰੇ ਏਰੀਆ ਦੇ ਜਿਹੜੇ ਵੱਡੇ ਵੱਡੇ ਜਨਰਲ ਸੀ ਉਹਨਾਂ ਨੂੰ ਆਪਣੇ ਕਾਬੂ ਕੀਤਾ। ਉੱਥੇ ਮੀਟਿੰਗਾਂ ਕਰਨ ਆਉਂਦੇ ਸਨ। ਭਾਰਤੀ ਹਕੂਮਤ ਨੂੰ ਗੁਲਾਮ ਵੀ ਭਾਰਤੀ ਤੰਤਰ ਨੇ ਬਣਾਇਆ, ਇਹਨੂੰ ਆਜ਼ਾਦੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੀ ਖੰਡੇ ਦੀ ਧਾਰ ਨੇ ਦਵਾਈ। ਸੋ ਐਸਾ ਖਾਲਸਾ ਸਿਰਜਿਆ ਵੀ ਮਹਾਰਾਜ ਕਹਿੰਦੇ ਸਵਾ ਲੱਖ ਸਹਿ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾ। ਇਹੋ ਹੀ ਮਨੁੱਖ ਸਨ ਜਿਨ੍ਹਾਂ ਦਾ ਮਨ ਗਿੱਦੜਾਂ ਵਰਗਾ ਸੀ, ਇਹੋ ਹੀ ਸ਼ੇਰ ਬਣ ਗਏ। ਇਹ ਖੰਡੇ ਦੀ ਧਾਰ ਦੀ ਕਰਾਮਾਤ ਹੈ, ਬਖਸ਼ਿਸ਼ ਹੈ ਗੁਰੂ ਸਾਹਿਬ ਜੀ ਦੀ ਵੀ ਉਹਨਾਂ ਨੇ ਸਾਡੇ ਸਿਰ ਦੇ ਉੱਪਰ ਅੰਮ੍ਰਿਤ ਦੀਆਂ ਕੁਝ ਬੂੰਦਾਂ ਛਿੜਕ ਕੇ ਸਾਡੇ ਮਨ ਨੂੰ ਉੱਚਾ ਚੁੱਕ ਦਿੱਤਾ। ਖੈਰ ਇਹ ਖਾਲਸੇ ਦਾ ਇਤਿਹਾਸ ਹੈ, ਵੱਖਰੀ ਵੱਖਰੀ ਵਿਆਖਿਆ ਹੁੰਦੀ ਹੈ ਹਰੇਕ ਵਿਅਕਤੀ ਦੀ, ਪਰ ਇਸ ਇਤਿਹਾਸ ਨੂੰ ਜਾਣਨਾ ਜ਼ਰੂਰੀ ਹੈ ਕਿਉਂਕਿ ਅਸੀਂ ਇਤਿਹਾਸ ਹੀ ਸੁਣਦੇ ਪਏ। ਸਤਿਗੁਰੂ ਜੀ ਮਹਾਰਾਜ ਜੀ ਦੇ ਅੱਗੇ ਖਾਨ ਝੁੱਕ ਕੇ ਕਹਿੰਦਾ ਵੀ ਮਹਾਰਾਜ ਮੇਰੇ 'ਤੇ ਵੀ ਕਿਰਪਾ ਕਰੋ, ਮੈਨੂੰ ਵੀ ਆਪਣਾ ਸ਼ਿਸ਼ ਬਣਾਓ, ਮੇਰੀ ਵੀ ਗਤੀ ਹੋ ਜਾਵੇ। ਇਹ ਗੁਰਵਾਕ ਬਦਤ ਹੈ ਅਬਲੋ, ਪੁੰਨੇ ਆਤਮ ਕੋ ਜਸ ਰਹਿ ਜਬਲੋ। ਐ ਸਾਧੂਆਂ ਦੇ ਸਾਧੀ ਸਾਧੂ, ਐ ਮਹਾਂਪੀਰਾਂ ਦੇ ਮਹਾਂਪੀਰ, ਸੰਤ ਸੁਭਾਅ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਮੇਰੇ ਜੀਵਨ ਦੀ ਵੀ ਗਤੀ ਕਰੋ, ਮੈਨੂੰ ਆਸ਼ੀਰਵਾਦ ਦਿਓ। ਪੀਰ ਮਿੱਟੀ ਪਿਖ ਨਿਜ ਕਲਿਆਣ, ਪ੍ਰਭ ਕੋ ਆਦਰ ਕੀਨ ਮਾਨ। ਸਤਿਗੁਰੂ ਜੀ ਮਹਾਰਾਜ ਜੀ ਦਾ ਆਦਰ ਕਰਕੇ ਇਸ ਦੇ ਕਰਕ ਕਲੇਜੇ ਮਾਹੇ ਜੋ ਅੰਦਰ ਪੀੜ ਸੀ ਬਿਰਹਾ ਦੀ, ਵਿਛੋੜੇ ਦੀ, ਉਹ ਮਿਟ ਗਈ। ਲੈ ਉਤਾਰ ਕੀਨ ਬਹੁ ਸੇਵਾ, ਜਿਸ ਤੇ ਪਏ ਪ੍ਰਸੰਨ ਗੁਰਦੇਵ। ਸਤਿਗੁਰੂ ਜੀ ਮਹਾਰਾਜ ਜੀ ਦੀ ਜਦੋਂ ਇਸ ਨੇ ਸੇਵਾ ਕੀਤੀ ਮਨੋਭਾਵਨਾ ਦੇ ਨਾਲ, ਤੇ ਮਹਾਰਾਜ ਜੀ ਇਸ ਦੀ ਸੇਵਾ ਵੱਲ ਭਾਵਨਾ ਵੱਲ ਵੇਖ ਕੇ ਪ੍ਰਸੰਨ ਹੋ ਗਏ। ਇਸ ਤੇ ਵਿਦਾ ਹੋਏ ਥਲ ਔਰ ਸਿਵਰ ਕਰਿਓ ਸੋਢੀ ਸਿਰ ਮੋਰ। ਕਦੀ ਕਦੀ ਪਤਾ ਕੀ ਹੁੰਦਾ ਹੈ, ਕਈ ਸੱਜਣ ਹੁੰਦੇ ਨੇ, ਚਲੋ ਸਿੱਖੀਜ਼ਮ ਦੇ ਵਿੱਚ ਜਾਤ ਪਾਤ ਕੋਈ ਇਹੋ ਜਿਹਾ ਭੇਦਭਾਵ ਨਹੀਂ, ਪਰ ਇੱਥੇ ਸਵੱਛਤਾ ਹੈ, ਸਾਫ਼ ਸਫਾਈ ਹੈ। ਕੋਈ ਸੱਜਣ ਹੁੰਦੇ ਬਾਹਰ ਖੜ੍ਹੇ ਹੋਈਏ, ਕਿਤੇ ਪਿਆਸ ਲੱਗੇ, ਮਨ ਕਰਦਾ ਕੋਈ ਚੀਜ਼ ਖਾਣ ਪੀਣ ਦਾ, ਕੋਈ ਕਠੋਰਤਾ ਨਹੀਂ, ਕੋਈ ਮਨਾਹੀ ਨਹੀਂ, ਪਰ ਜਦੋਂ ਅਸੀਂ ਦੇਖਦੇ ਹਾਂ ਨਾ ਮੈਲੇ ਹੱਥ, ਉਹੋ ਹੀ ਬੀੜੀਆਂ ਨੂੰ ਲਾਉਣੇ ਹੈ, ਉਹਦੇ ਨਾਲ ਪਾਨ ਖਾਣਾ ਹੈ, ਉਹਦੇ ਨਾਲ ਗੰਦਗੀ ਸਾਫ਼ ਕਰਨੀ ਹੈ, ਅਤੇ ਉਹਨਾਂ ਹੱਥਾਂ ਨਾਲ ਭੋਜਨ ਪਰੋਸਣਾ, ਤਾਂ ਮਨ ਵਿੱਚ ਗੁਰੂ ਸਾਹਿਬ ਜੀ ਵੱਲੋਂ ਦਿੱਤੇ ਹੋਏ ਲੰਗਰ ਪ੍ਰਸ਼ਾਦ ਦਾ ਚੇਤਾ ਹੁੰਦਾ ਹੈ ਵੀ ਸਤਿਗੁਰੂ ਜੀ ਇਹਨਾਂ ਹੱਥਾਂ ਨਾਲੋਂ ਖਾਣ ਨਾਲੋਂ ਚੰਗਾ ਹੈ ਵੀ ਅਸੀਂ ਸਵੱਛਤਾ ਵਾਲਾ ਭੋਜਨ ਛਕੀਏ। ਸੋ ਇੱਥੇ ਕੋਈ ਨਫ਼ਰਤੀ ਭਾਵ ਨਹੀਂ ਹੈ ਵੀ ਅਸੀਂ ਕਿਸੇ ਦੇ ਹੱਥ ਦਾ ਖਾਣਾ ਨਹੀਂ ਖਾਣਾ, ਖਾ ਸਕਦੇ ਹਾਂ ਮਨਾਹੀ ਨਹੀਂ, ਪਰ ਬਸ਼ਰਤ ਉਹ ਜਗ੍ਹਾ ਉਹ ਸਥਾਨ ਸਵੱਛ ਹੋਵੇ, ਸਾਫ਼ ਸੁਥਰਾ ਹੋਵੇ, ਖਾਣਾ ਬਣਾਉਣ ਵਾਲਾ ਉਹ ਕੋਈ ਬੀੜੀ ਸਿਗਰਟ ਆਦਿ ਤੰਬਾਕੂ ਦਾ ਇਸਤੇਮਾਲ ਨਾ ਕਰਦਾ ਹੋਵੇ, ਉਹਦੇ ਗੰਦੇ ਮਿੰਦੇ ਹੱਥ ਨਾ ਲੱਗਣ, ਉਹਦੇ ਨਾਲ ਸਾਡੀ ਸਿਹਤ ਦਾ ਸੁਧਾਰ ਰਹੇਗਾ। ਧਰਮ ਦਾ ਮਸਲਾ ਨਹੀਂ ਹੈ ਇੱਥੇ, ਇੱਥੇ ਸਿਹਤ ਦਾ ਮਸਲਾ। ਸੋ ਕਈ ਲੋਕ ਖਾਣੇ ਤੋਂ ਜਾਂ ਇਹਨਾਂ ਗੱਲਾਂ ਤੋਂ
ਨਫ਼ਰਤੀ ਬੋਲ ਪੈਦਾ ਕਰ ਲੈਂਦੇ ਨੇ। ਇੱਥੇ ਨਫ਼ਰਤ ਨਹੀਂ, ਇੱਥੇ ਪਿਆਰ ਭਾਵਨਾ ਹੈ। ਸਿਹਤ ਨਾਲ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਦਾ ਖਿਲਵਾੜ ਨਹੀਂ ਕਰਨਾ ਚਾਹੁੰਦਾ। ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਵੀ ਧਿਆਨ ਰੱਖਿਆ ਕਰੀਏ। ਹੁਣ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮੁਸਲਮਾਨ ਦੇ ਘਰ ਗਏ ਨੇ, ਸੁਭਾਵਿਕ ਜੀ ਗੱਲ ਹੈ, ਉਹਨੇ ਪਾਣੀ ਪਿਆਇਆ ਹੋਏਗਾ, ਪ੍ਰਸ਼ਾਦਾ ਛਕਾਇਆ ਹੋਏਗਾ। ਮਹਾਰਾਜ ਕਿਤੇ ਮਨਾ ਕਰਦੇ ਲੱਗੇ, ਬੜੇ ਪਿਆਰ ਨਾਲ ਛਕਿਆ ਮਹਾਰਾਜ ਜੀ ਨੇ, ਇਸ ਦੀ ਸੇਵਾ ਤੋਂ ਪ੍ਰਸੰਨ ਹੋਏ ਨੇ। ਸਤਿਗੁਰੂ ਜੀ ਮਹਾਰਾਜ ਇਸ ਦੀ ਸੇਵਾ ਵੱਲ ਵੇਖ ਕੇ ਮਨ ਅੰਦਰ ਚਾਉ ਕਰਦੇ ਹਨ, ਖਾਣ ਪਾਨ ਹਿਤ ਸਭ ਕੁਛ ਲਿਆਏ ਕਰਿਓ ਰਾਮ ਸਿੰਘ ਸਮੁਦਾਏ। ਤੇ ਇਸ ਨੇ ਬੜੇ ਪਿਆਰ ਨਾਲ ਪਕਵਾਨ ਬਣਾਏ, ਮਿਸ਼ਠਾਨ ਬਣਾਇਆ। ਸਤਿਗੁਰੂ ਜੀ ਮਹਾਰਾਜ ਜੀ ਨੇ ਇਹ ਭੋਜਨ ਛੱਕ ਕੇ ਤੇ ਹੁਣ ਵਿਸ਼ਰਾਮ ਦੀ ਤਿਆਰੀ ਕੀਤੀ ਹੈ। ਬਰਖਾ ਸੇਤ ਘਟਾ ਬੜਿਆਈ ਪਰੇ ਨੀਰ ਧਰ ਪਰ ਅਧਕਾਈ। ਤੇ ਕਹਿੰਦੇ ਉਹ ਸਮਾਂ ਕੈਸਾ ਸੀ ਭਾਈ, ਉਹ ਬਰਖਾ ਬੱਦਲ ਘਟਾ ਬੜੀ ਕਾਲੀ ਸੀ ਤੇ ਬਰਖਾ ਹੋਣੀ ਸ਼ੁਰੂ ਹੋ ਗਈ, ਬਰਸਾਤੀ ਮੌਸਮ ਸੀ। ਗੁਰਿਆ ਗਵਨ ਜਾਨ ਕਰ ਮਾਨੋ ਇੰਦਰ ਕਰੇ ਸ਼ਿਰ ਕਾਵ ਮਾਨੋ। ਮਹਾਕਵੀ ਸੰਤੋਖ ਸਿੰਘ ਜੀ ਉਪਮਾ ਅਲੰਕਾਰ ਲਗਾਉਂਦਿਆਂ ਹੋਇਆਂ ਕਹਿ ਰਹੇ ਨੇ ਵੀ ਮਾਨੋ ਇੰਦਰ ਦੇਵਤਾ ਵੀ ਗੁਰੂ ਸਾਹਿਬ ਜੀ ਦੀ ਆਮਦ 'ਤੇ ਖੁਸ਼ ਹੋਇਆ ਹੈ ਅਤੇ ਉਹ ਫੁੱਲਾਂ ਰੂਪੀ ਇਹ ਬਰਖਾ ਦੇ ਛਿੱਟੇ ਬਰਸਾ ਰਿਹਾ ਹੈ। ਇਸੀ ਪ੍ਰਕਾਰ ਭਈ ਪੁੰਨ ਸਾਰਾ ਸੁੰਦਰ ਤਰਵਰ ਬਾਗ ਨਿਹਾਰਾ। ਇਸੇ ਪ੍ਰਕਾਰ ਮਹਾਰਾਜ ਜੀ ਦੇਖਦੇ ਨੇ ਵੀ ਬਰਸਾਤ ਜਿਹੜੀ ਹੈ ਉਹ ਭੂਰ ਵਾਂਗ ਪੈ ਰਹੀ ਹੈ, ਹਲਕੀ ਹਲਕੀ ਧੀਮੀ ਧੀਮੀ, ਅਤੇ ਇਹ ਬਰਸਾਤ ਪੈਣ ਨਾਲ ਜਿਹੜਾ ਬਾਗ ਹੈ ਉਸ ਦੀ ਸ਼ੋਭਾ ਹੋਰ ਵੱਧ ਗਈ। ਸਦਨ ਸੁਹਾਵਨ ਹੈ ਜਿਸ ਮਾਹੀ ਸਿਵਰ ਉਚਿਤ ਜਾਣਤ ਪੈਤਾਹੀ। ਮਹਾਰਾਜ ਜੀ ਨੇ ਉਹ ਸਦਨ ਉਹ ਘਰ ਵਿੱਚ ਸ਼ਿਵਰ ਵੇਖਿਆ ਜਿੱਥੇ ਸਤਿਗੁਰੂ ਜੀ ਨੇ ਠਹਿਰਨਾ ਹੈ। ਸੋ ਗੁਰਦੇਵ ਪਾਤਸ਼ਾਹ ਜੀ ਇਸ ਸ਼ਿਵਰ ਵੱਲ ਨਿਹਾਰ ਰਹੇ ਹਨ। ਤਿਸ ਮੈਂ ਤਤ ਸ਼ਿਨ ਉਤਰ ਜਾਏ ਸਿੰਘ ਸਾਂਕੇਤਕ ਸਮੁਦਾਏ। ਸਤਿਗੁਰੂ ਜੀ ਮਹਾਰਾਜ ਜੀ ਬਰਸਾਤ ਤੋਂ ਬਚਦਿਆਂ ਹੋਇਆਂ ਤਤ ਸ਼ਿਨ ਉਸੇ ਵੇਲੇ ਸ਼ਿਵਰ ਵਿੱਚ ਪਹੁੰਚਦੇ ਨੇ ਜਿੱਥੇ ਰਾਤ ਗੁਜ਼ਾਰਨੀ ਹੈ। ਦੇ ਦੇ ਆਏ ਸਥਾਨ ਬਤਾਏ ਜਥਾ ਜੋਗ ਕਹਿ ਕਹਿ ਉਤਰਾਏ। ਇਹ ਜਿਹੜਾ ਖਾਨ ਹੈ ਇਹ ਸਿੰਘਾਂ ਨੂੰ ਉਹਨਾਂ ਦਾ ਸਥਾਨ ਦੱਸਦਾ ਪਿਆ ਹੈ ਵੀ ਜਿੱਥੇ ਸਿੰਘਾਂ ਨੇ ਵਿਸ਼ਰਾਮ ਕਰਨਾ ਹੈ। ਬੜੇ ਕਮਰੇ ਬਣੇ ਨੇ ਇਸ ਦੇ ਘਰ ਵਿੱਚ, ਉਹਨਾਂ ਕਮਰਿਆਂ ਵਿੱਚ ਸਿੰਘਾਂ ਨੂੰ ਦੱਸ ਦੱਸ ਕੇ ਵਿਸ਼ਰਾਮ ਕਰਵਾ ਰਹੇ ਹਨ। ਬੰਟ ਜਥੋ ਚਿਤ ਥਾਨ ਮਹਾਨ ਉੱਤਰ ਖਾਲਸੇ ਸਭ ਸੁਖ ਠਾਨੇ। ਜਿੱਥੇ ਮਹਾਰਾਜ ਜੀ ਨੇ ਉਤਰਨਾ ਹੈ, ਜਿੱਥੇ ਭਾਵ ਗੁਰੂ ਸਾਹਿਬ ਜੀ ਮਹਾਰਾਜ ਜੀ ਦਾ ਸਥਾਨ ਹੈ, ਉਸ ਸਥਾਨ ਨੂੰ ਤਿਆਰ ਕਰਦੇ ਹਨ। ਇੱਕ ਦੋਏ ਦਿਵਸ ਕਰੇ ਵਿਸ਼ਰਾਮ ਕਿਤ ਕੇ ਆਨ ਦਰਸੈ ਸੁਖ ਧਾਮ। ਇੱਕ ਦੋ ਦਿਨ ਮਹਾਰਾਜ ਇਸ ਖਾਨ ਕੋਲ ਰਹੇ, ਇਸ ਦੀ ਬੇਨਤੀ ਦੇ ਕਾਰਨ ਗੁਰੂ ਸਾਹਿਬ ਜੀ ਬਾਗ ਵਿੱਚ ਰੁਕੇ ਸਨ, ਪਰ ਬਾਗ ਵਿੱਚ ਇਸ ਖਾਨ ਨੂੰ ਪਤਾ ਚੱਲਿਆ ਵੀ ਗੁਰੂ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੇ ਵਾਰਸ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਏ ਨੇ। ਮਹਾਰਾਜ ਜੀ ਨੂੰ ਇਹਨੇ ਬੇਨਤੀ ਕਰਕੇ ਆਪਣੇ ਘਰ ਵਿੱਚ ਬੁਲਾਇਆ। ਦੋ ਦਿਨ ਸਤਿਗੁਰੂ ਜੀ ਮਹਾਰਾਜ ਜੀ ਦੀ ਇਸਨੇ ਹੁਣ ਸੇਵਾ ਕੀਤੀ ਹੈ। ਸੁਧ ਤਬ ਸੁਣੀ ਬਹਾਦਰ ਸਾਹੋ ਗੁਰਿਆ ਗਵਨ ਪਇਓ ਹਮ ਪਾਹੋ। ਤੇ ਬਹਾਦਰ ਸ਼ਾਹ ਨੂੰ ਪਤਾ ਲੱਗ ਗਿਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹ ਮਥੁਰਾ ਤੋਂ ਹੁੰਦਿਆਂ ਹੋਇਆਂ
ਆਗਰੇ ਤੋਂ 4 ਕੋ ਦੂਰ ਇੱਕ ਬਾਗ ਵਿੱਚ ਠਹਿਰੇ ਹਨ। ਹਰ ਖੇ ਤਤ ਸਿਨ ਪਠ ਉਮਰਾਓ, ਆਏ ਪੇਟ ਧਰ ਪਰ ਸਹਿ ਪਾਓ। ਇਹ ਬੜਾ ਪ੍ਰਸੰਨ ਹੋਇਆ। ਇਸਨੇ ਕੀ ਕੀਤਾ, ਇਹਨੇ ਆਪਣੇ ਉਮਰਾਵ, ਆਪਣੇ ਕੁਝ ਸੈਨਿਕਾਂ ਨਾਲ ਆਪਣਾ ਮੰਤਰੀ ਜਿਹੜਾ ਹੈ ਉਹ ਗੁਰੂ ਸਾਹਿਬ ਜੀ ਨੂੰ ਰਿਸੀਵ ਕਰਨ ਵਾਸਤੇ ਲਿਆਉਣ ਵਾਸਤੇ ਭੇਜ ਦਿੱਤਾ। ਪਾਤਸ਼ਾਹ ਨੇ ਮੋਹਿ ਬਿਠਾਵਾ, ਜਬ ਆਵਨ ਤੁਮਰੋ ਸੁਨ ਪਾਵਾ। ਇਹ ਖਾਨ ਦੇ ਗ੍ਰਹਿ ਵਿਖੇ ਜਾ ਕੇ ਬੇਨਤੀ ਕਰਦਾ ਹੈ ਵੀ ਸਤਿਗੁਰੂ ਜੀ, ਬਹਾਦਰ ਸ਼ਾਹ ਨੇ ਮੈਨੂੰ ਆਪ ਜੀ ਨੂੰ ਮਿਲਣ ਵਾਸਤੇ ਲਿਆਉਣ ਵਾਸਤੇ ਭੇਜਿਆ ਹੈ। ਦਰਸ਼ਨ ਰਾਵਰ ਕੋ ਬਿਲਾ ਕੇ ਕਰੋ ਮੇਲ ਬੋ ਬਿਨਤੀ ਭਾਖੇ। ਆਪ ਜੀ ਦੇ ਦਰਸ਼ਨ ਕਰਕੇ ਮੈਂ ਬੜਾ ਹੀ ਪ੍ਰਸੰਨ ਹੋਇਆ ਹਾਂ, ਕਿਰਪਾ ਕਰੋ ਮੇਰੇ ਸੰਗ ਚੱਲੋ ਤੇ ਬਹਾਦਰ ਸ਼ਾਹ ਨੂੰ ਵੀ ਦਰਸ਼ਨ ਦਿਓ। ਸਭ ਸਿੰਘਨ ਪ੍ਰਤ ਹੁਕਮ ਉਚਾਰਾ, ਜੀਨ ਪਾਇ ਹੈ ਕੀਏ ਤਿਆਰਾ। ਸਾਰੇ ਸਿੰਘਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹੁਕਮ ਕਰਦੇ ਹਨ ਵੀ ਘੋੜਿਆਂ ਦੇ ਕਾਠੀਆਂ ਤਿਆਰ ਕਰ ਲਓ, ਉਹਨਾਂ ਉੱਪਰ ਕਾਠੀਆਂ ਪਾ ਲਓ, ਹਾਥੀਆਂ ਨੂੰ ਸਵਾਰ ਲਓ। ਸੁਨ ਸਤਿਗੁਰ ਤੇ ਸ਼ਸਤਰ ਸਜਾਏ, ਅਸਵ ਰੂਢ ਹੋਏ ਡਿੱਗ ਆਏ। ਮਹਾਰਾਜ ਜੀ ਦੀਆਂ ਗੱਲਾਂ ਸੁਣ ਕੇ ਸਿੱਖਾਂ ਨੇ ਸ਼ਸਤਰ ਤਿਆਰ ਕੀਤੇ, ਸ਼ਸਤਰ ਸਜਾ ਲਏ। ਵੇਖੋ, ਹਰੇਕ ਯੋਧੇ ਦਾ ਫਰਜ਼ ਹੈ ਵੀ ਉਹ ਆਪਣੇ ਸ਼ਸਤਰ ਨੂੰ ਚੈੱਕ ਕਰੇ, ਹਰੇਕ ਬੰਦਾ ਆਪਣੀ ਡਿਊਟੀ ਇਮਾਨਦਾਰੀ ਨਾਲ ਕਰੇ। ਜਿਹੜਾ ਡਰਾਈਵਰ ਹੁੰਦਾ ਹੈ ਉਹ ਚੱਲਣ ਤੋਂ ਪਹਿਲਾਂ ਗੱਡੀ ਨੂੰ ਚੈੱਕ ਕਰਦਾ ਕਿਤੇ ਰਸਤੇ 'ਚ ਧੋਖਾ ਨਾ ਦੇ ਜਾਵੇ। ਜਿਹੜਾ ਬੰਦਾ ਹਥਿਆਰ ਚਲਾਉਂਦਾ ਹੈ ਉਹ ਆਪਣੇ ਹਥਿਆਰ ਨੂੰ ਚੈੱਕ ਕਰਦਾ, ਫਾਇਰ ਕਰਦਾ ਜੇ ਬੰਦੂਕ ਹੈ, ਅਤੇ ਜੇ ਕੋਈ ਕਿਰਪਾਨ ਹੈ, ਕੋਈ ਤੇਜ਼ ਤਰਾਰ ਹਥਿਆਰ ਹੈ ਉਹਨੂੰ ਚੈੱਕ ਕਰਦਾ ਕਿਸੇ ਪਾਸਿਓਂ ਢਿੱਲਾ ਨਾ ਹੋਵੇ ਜਾਂ ਇਹਦੀ ਧਾਰ ਨਾ ਖੁੰਡੀ ਹੋ ਜਾਵੇ। ਸੋ ਸ਼ਸਤਰ ਤਿਆਰ ਕਰਨ ਦਾ ਮਤਲਬ ਇਹ ਨਹੀਂ ਵੀ ਉਹਨਾਂ 'ਤੇ ਗੋਟਾ ਚੁੰਨੀ ਆਦਿ ਲਗਾਉਣਾ, ਸ਼ਸਤਰ ਤਿਆਰ ਕਰਨ ਦਾ ਮਤਲਬ ਹੈ ਉਹਨਾਂ ਦੀ ਧਾਰ ਦੇਖਣੀ, ਉਹਨਾਂ ਦੀ ਪਕੜ ਦੇਖਣੀ ਹੈ ਵੀ ਕਿਤੇ ਕੋਈ ਸ਼ਸਤਰ ਟੁੱਟਣ ਵਾਲਾ ਤਾਂ ਨਹੀਂ, ਕਿਤੇ ਟੁੱਟਿਆ ਤਾਂ ਨਹੀਂ, ਇਹ ਨਾ ਹੋਵੇ ਵੀ ਜਦੋਂ ਵਕਤ ਆਵੇ ਉਦੋਂ ਇਹ ਸ਼ਸਤਰ ਕੰਮ ਨਾ ਦੇਵੇ। ਸੋ ਇਉਂ ਸਾਰੇ ਸ਼ਸਤਰ ਵੇਖ ਚਾਖ ਕੇ ਤਿਆਰ ਕੀਤੇ ਗਏ ਹਨ। ਸ਼੍ਰੀ ਪ੍ਰਭ ਵਸਤਰ ਸਜਾਓ, ਜਾਮਾ ਪਹਿਰ ਬਿਪੂਖਨ ਸਨ ਅਭਿਰਾਮਾ। ਮਹਾਰਾਜ ਜੀ ਨੇ ਸ਼ਾਹੀ ਜਾਮਾ ਪਹਿਨਿਆ। ਇੱਕ ਜਾਮਾ ਹੁੰਦਾ ਹੈ ਆਮ ਸਿੰਪਲ, ਜਿਹੜਾ ਰੈਗੂਲਰ ਲੋਕਾਂ ਵਿੱਚ ਵਿਚਰਨਾ ਹੈ, ਸਮਾਜ ਵਿੱਚ ਵਿਚਰਨਾ ਹੈ, ਅਤੇ ਗੁਰੂ ਸਾਹਿਬ ਜੀ ਮਹਾਰਾਜ ਆਪਣੇ ਉਹ ਬਸਤਰ ਪਾਉਂਦੇ ਸਨ। ਜਦੋਂ ਕਿਸੇ ਰਾਜ ਦਰਬਾਰ ਵਿੱਚ ਰਾਜੇ ਨਾਲ ਮਿਲਣ ਜਾਣਾ ਹੈ, ਜਦੋਂ ਅਸੀਂ ਆਮ ਘਰਾਂ ਵਿੱਚ ਵਿਚਰਦੇ ਹਾਂ ਉਦੋਂ ਸਾਡੇ ਕੱਪੜੇ ਹੁੰਦੇ ਸਿੰਪਲ, ਜਦੋਂ ਕਿਸੇ ਫੰਕਸ਼ਨ ਵਿੱਚ ਜਾਣਾ, ਪਾਰਟੀ ਵਿੱਚ ਜਾਣਾ, ਕਿਸੇ ਵੱਡੇ ਇੰਪੋਰਟੈਂਟ ਪਰਸਨ ਨੂੰ ਮਿਲਣਾ, ਉਦੋਂ ਸਾਡੇ ਕੱਪੜੇ ਚੇਂਜ ਹੋ ਜਾਂਦੇ। ਇੱਦਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸ਼ਾਹੀ ਬਸਤਰ ਪਹਿਨੇ ਨੇ, ਕਿਉਂਕਿ ਹਿੰਦੁਸਤਾਨ ਦੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਮਿਲਣ ਚੱਲੇ ਨੇ। ਸੋ ਇਉਂ ਮਹਾਰਾਜ ਜੀ ਨੇ ਸ਼ਾਹੀ ਚੋਲਾ ਪਹਿਨਿਆ ਹੈ। ਕਲਗੀ ਜਿਗਾ ਝੁਲਤੀ ਮਾਥੇ, ਮੁਕਤਾ ਹੀਰੇ ਚਮਕਤ ਸਾਥੇ। ਸਤਿਗੁਰੂ ਜੀ ਮਹਾਰਾਜ ਜੀ ਦੀ ਉਹ ਜਿਹੜੀ ਕਲਗੀ ਜਿਸ ਦਾ ਮੁੱਲ ਉਸ ਸਮੇਂ 2 ਕਰੋੜ ਦਾ ਦੱਸਿਆ ਜਾਂਦਾ ਸੀ, ਉਸ ਸਮੇਂ ਬਹਾਦਰ ਸ਼ਾਹ ਦੇ ਟਾਈਮ 'ਤੇ ਜਿਹੜੀ ਸਤਿਗੁਰੂ ਜੀ ਮਹਾਰਾਜ ਜੀ ਦੇ ਸੀਸ 'ਤੇ ਸੌਂਦੀ ਸੀ, ਸ਼ਾਇਦ ਗਿਣਤੀ ਭੁੱਲਾਂ ਨਾ ਅਤੇ 72 ਹੀਰਿਆਂ ਦੇ ਨਾਲ ਉਹ ਜਿਹੜੀ ਕਲਗੀ ਜੜੀ ਹੋਈ ਸੀ, ਬੇਸ਼ਕੀਮਤੀ ਹੀਰੇ ਸਨ। ਸਤਿਗੁਰੂ ਜੀ ਮਹਾਰਾਜ ਜੀ ਨੇ
ਉਹ ਕਲਗੀ ਆਪਣੇ ਮੱਥੇ ਉੱਪਰ ਸਜਾਈ ਹੈ, ਪਗੜੀ ਦੇ ਉੱਪਰ ਲਗਾਈ ਹੈ। ਖੜਗ ਗਾਤਰੇ ਸੁਬਤ ਵਿਸਾਲਾ, ਕਟ ਨਖੰਗ ਸਰ ਖਰ ਪਰ ਜਾਲਾ। ਖੜਗ ਕਹਿੰਦੇ ਨੇ ਕਿਰਪਾਨ ਨੂੰ। ਸੋ ਸਤਿਗੁਰੂ ਜੀ ਮਹਾਰਾਜ ਜੀ ਨੇ ਖੜਗ ਨੂੰ ਗਾਤਰੇ ਪਾਇਆ ਹੈ। ਗਾਤਰੇ ਤੋਂ ਭਾਵ ਹੈ ਜਿਸ ਨਾਲ ਪਕੜ ਹੋ ਸਕੇ ਕਿਰਪਾਨ ਦੀ। ਸਤਿਗੁਰੂ ਜੀ ਮਹਾਰਾਜ ਜੀ ਨੇ ਉਹ ਖੜਗ ਪਹਿਨੀ ਹੈ। ਉਪਰ ਕਸਿਓਦ ਕੁਲ ਸੁਆਵੇ, ਹੱਥ ਸਰਾਸਰ ਬਹੁ ਸ਼ਬ ਪਾਵੇ। ਮਹਾਰਾਜ ਜੀ ਨੇ ਕਮਰ ਕੱਸਾ ਕਰਕੇ ਬੜੇ ਸੁੰਦਰ ਤਰੀਕੇ ਨਾਲ ਖੁਦ ਨੂੰ ਹੁਣ ਸਜਾਇਆ ਹੈ। ਚੜ ਤੁਰੰਗ ਚਾਲੇ ਤਤਕਾਲਾ, ਸੰਗ ਖਾਲਸਾ ਸੋਭ ਵਿਸਾਲਾ। ਘੋੜੇ ਉੱਪਰ ਚੜ ਕੇ ਮਹਾਰਾਜ ਜਦੋਂ ਸਵਾਰ ਹੋ ਗਏ ਨੇ ਨਾਇਕ ਬਣ ਕੇ, ਤੇ ਪਿੱਛੇ ਪਿੱਛੇ ਜਿਹੜਾ ਖਾਲਸਾ ਹੈ ਉਹ ਸਤਿਗੁਰੂ ਜੀ ਮਹਾਰਾਜ ਜੀ ਦੇ ਝੰਡੇ ਨਿਸ਼ਾਨ ਨਗਾਰਿਆਂ ਦੇ ਨਾਲ ਗੁਰਦੇਵ ਪਾਤਸ਼ਾਹ ਜੀ ਦੇ ਸਿੰਘ ਆ ਰਹੇ ਹਨ। ਜਹਾਂ ਉਤੇ ਪਤਸ਼ਾਹੀ ਮੰਦਰ, ਗਨ ਸੁੰਦਰ ਕਹਿ ਬੈਠੇ ਹੋ ਅੰਦਰ। ਵੈਸੇ ਬਾਦਸ਼ਾਹ ਦੇ ਚੱਲਣ ਦਾ ਪ੍ਰਕਰਨ ਇਹ ਹੁੰਦਾ ਹੈ ਵੀ ਬਾਦਸ਼ਾਹ ਜਿਹੜਾ ਹੈ ਉਸਦੇ ਅੰਗ ਰੱਖਿਅਕ ਉਸਦੇ ਨਾਲ ਚੱਲਦੇ ਨੇ, ਉਸ ਤੋਂ ਅੱਗੇ ਅਤੇ ਪਿੱਛੇ ਨਾਲ ਉਸਦੇ ਨਿਸ਼ਾਨ ਹੁੰਦੇ ਨੇ। ਜਿਹੜਾ ਵੀ ਬਾਦਸ਼ਾਹ ਹੈ ਉਸਦਾ ਆਪਣਾ ਇੱਕ ਨਿਸ਼ਾਨ ਹੁੰਦਾ ਹੈ। ਤੁਸੀਂ ਗੁਰਦੁਆਰੇ ਦੇਖੋ, ਕਿਸੇ ਵੀ ਗੁਰਦੁਆਰੇ ਅੰਦਰ ਨਿਸ਼ਾਨ ਸਾਹਿਬ ਨਾ ਹੋਵੇ ਐਸਾ ਨਹੀਂ। ਜਿੱਥੇ ਨਿਸ਼ਾਨ ਸਾਹਿਬ ਨਹੀਂ ਉਹ ਗੁਰਦੁਆਰਾ ਨਹੀਂ। ਗੁਰੂ ਦਾ ਇੱਕ ਨਿਸ਼ਾਨ ਹੈ, ਇੱਕ ਸਿੰਬਲ ਹੈ। ਤੁਸੀਂ ਨਿਸ਼ਾਨ ਸਾਹਿਬ ਡਾਕਟਰ ਕੋਲ ਜਾਂਦੇ ਹੋ, ਡਾਕਟਰ ਦਾ ਇੱਕ ਸਿੰਬਲ ਹੁੰਦਾ ਹੈ ਵੀ ਇੱਥੇ ਡਾਕਟਰ ਹੈ। ਇੱਦਾਂ ਹੀ ਜਿੱਥੇ ਗੁਰੂ ਹੈ ਉੱਥੇ ਨਿਸ਼ਾਨ ਜ਼ਰੂਰ ਹੋਵੇਗਾ। ਪੰਜ ਨਿਸ਼ਾਨੀਆਂ ਗੁਰਦੁਆਰੇ ਦੀਆਂ ਯਾਦ ਰੱਖੀਏ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼, ਚਵਰ ਛਤਰ ਤਖਤ, ਜਿੱਥੇ ਲੰਗਰ ਪੰਗਤ ਹੋਵੇ, ਪੰਗਤ ਹੋਵੇ ਨਾਲ ਸੰਗਤ ਹੋਵੇ, ਨਗਾਰਾ ਅਤੇ ਨਿਸ਼ਾਨ, ਇਹ ਪੰਜ ਨਿਸ਼ਾਨੀਆਂ ਗੁਰਦੁਆਰੇ ਦੀਆਂ। ਸੰਗਤ ਹੋਣੀ ਚਾਹੀਦੀ ਹੈ, ਲੰਗਰ ਹੋਣਾ ਚਾਹੀਦਾ, ਚਵਰ ਛਤਰ ਤਖਤ 'ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਚਾਹੀਦਾ, ਨਿਸ਼ਾਨ ਹੋਣਾ ਚਾਹੀਦਾ, ਨਗਾਰਾ ਹੋਣਾ ਚਾਹੀਦਾ। ਸੋ ਇਸ ਨੂੰ ਗੁਰਦੁਆਰਾ ਮੰਨਿਆ ਗਿਆ। ਸਤਿਗੁਰੂ ਜੀ ਮਹਾਰਾਜ ਜਿੱਥੇ ਵੀ ਜਾਂਦੇ ਨੇ, ਗੁਰੂ ਸਾਹਿਬ ਜੀ ਆਪ, ਉੱਥੇ ਮਹਾਰਾਜ ਜੀ ਦੇ ਸੇਵਕ ਨਗਾਰਿਆਂ ਦੇ ਉੱਤੇ ਚੋਟਾਂ ਮਾਰਨ ਵਾਲੇ, ਨਿਸ਼ਾਨ ਫੜਨ ਵਾਲੇ ਨਿਸ਼ਾਨਚੀ, ਮਹਾਰਾਜ ਜੀ ਦੇ ਅੰਗ ਰੱਖਿਅਕ, ਗੁਰੂ ਸਾਹਿਬ ਜੀ ਦੇ ਸਿਰ 'ਤੇ ਜਿਹੜਾ ਚੌਰ ਹੈ ਉਹ ਢੁੱਲਦਾ ਹੈ। ਸੋ ਗੁਰੂ ਸਾਹਿਬ ਜੀ ਦੀ ਸੈਨਾ ਨਾਲ ਹੈ। ਇਸ ਪ੍ਰਕਾਰ ਮਹਾਰਾਜ ਜਦੋਂ ਚੱਲਦੇ ਹਨ ਤਾਂ ਦੂਰੋਂ ਪਤਾ ਲੱਗਦਾ ਵੀ ਕੋਈ ਬਾਦਸ਼ਾਹ ਆ ਰਿਹਾ ਹੈ। ਸਿੰਘਨ ਪ੍ਰਤ ਪ੍ਰਭੂ ਕਮ ਬਖਾਨਾ, ਥਿਰੀਏ ਚੜੇ ਹੈ ਨੇ ਸਥਾਨਾ। ਮਹਾਰਾਜ ਜਦੋਂ ਚਲੇ ਗਏ, ਜਦੋਂ ਬਹਾਦਰ ਸ਼ਾਹ ਨੂੰ ਮਿਲਣ ਵਾਸਤੇ ਗਏ, ਤੇ ਕੁਝ ਜਿਹੜੇ ਸੇਵਕ ਨੇ ਸਤਿਗੁਰੂ ਜੀ ਮਹਾਰਾਜ ਉਹਨਾਂ ਦੀ ਡਿਊਟੀ ਉੱਥੇ ਹੀ ਲਗਾ ਗਏ। ਸਾਹਿਬ ਸਿੰਘ ਸੰਗ ਲੈ, ਸਾਹਿਬ ਪਏ ਪਰਵੇਸ਼ ਬਿਲੋਕ ਜਾਇਬ। ਭਾਈ ਸਾਹਿਬ ਸਿੰਘ ਜੀ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਸਨ, ਪਰ ਸ਼ਹਾਦਤ ਜਾਮ ਪੀਣ ਤੋਂ ਬਾਅਦ ਜਿਹੜੇ ਗੁਰੂ ਸਾਹਿਬ ਜੀ ਦੇ ਕੁਝ ਚਹੇਤੇ ਸਿੱਖ ਸਨ, ਚਹੇਤੇ ਤਾਂ ਸਾਰੇ ਹੀ ਸਨ ਪਰ ਜਿਹੜੇ ਮਹਾਰਾਜ ਜੀ ਦੇ ਸਦਾ ਨਾਲ ਰਹਿੰਦੇ ਸਨ, ਉਹਨਾਂ ਦੇ ਵਿੱਚੋਂ ਅੱਜ ਗੁਰੂ ਸਾਹਿਬ ਜੀ ਮਹਾਰਾਜ ਕੋਲ ਕੁਝ ਹੀ ਬਾਕੀ ਹਨ। ਕੁਛ ਥੋੜੋ ਉਮਰਾਵਨ ਬਾਹੋ, ਬੈਠੇ ਉਹ ਤੋਂ ਬਹਾਦਰ ਸ਼ਾਹ। ਸਤਿਗੁਰੂ ਜੀ ਮਹਾਰਾਜ ਜੀ ਨੇ ਘੋੜ ਸਵਾਰ ਸੈਨਿਕਾਂ ਨੂੰ ਹੁਕਮ ਕੀਤਾ ਵੀ ਜਿੰਨੇ ਵੀ ਘੋੜ ਸਵਾਰ ਸੈਨਿਕ ਨੇ ਉਹ ਬਾਹਰ ਹੀ ਰੁਕਣਗੇ।
ਤਾਂ ਕਿ ਕੋਈ ਵੀ ਬਾਹਰੋਂ ਹਮਲਾਵਰ ਅੰਦਰ ਨਾ ਆ ਸਕੇ। ਸ਼ਿਵਰ ਦੇ ਅੰਦਰ ਜਾਣ ਵਾਸਤੇ ਸਤਿਗੁਰੂ ਜੀ ਮਹਾਰਾਜ ਜੀ ਨੇ ਜਿਹੜੇ ਸੇਵਕ ਪੈਦਲ ਸਨ, ਜਿਹੜੇ ਤਿਆਰ ਤਿਆਰ ਸਨ, ਉਹਨਾਂ ਨੂੰ ਨਾਲ ਰੱਖਿਆ। ਜਦੋਂ ਬਾਦਸ਼ਾਹ ਆਪਸ ਵਿੱਚ ਮਿਲਦੇ ਨੇ, ਉਹਨਾਂ ਨਾਲ ਦੋ ਅੰਗ ਰੱਖਿਅਕ ਹੁੰਦੇ ਨੇ, ਬਾਕੀ ਜਿਹੜੀ ਸੈਨਾ ਹੈ, ਜਿਹੜੀ ਥਲ ਸੈਨਾ ਜਿਹੜੀ ਪੈਰਾਂ ਨਾਲ ਚੱਲਦੀ, ਉਹ ਸੈਨਿਕ ਸ਼ਿਵਰ ਦੇ ਬਾਹਰ ਤੰਬੂ ਦੇ ਬਾਹਰ ਖੜ੍ਹੇ ਹੁੰਦੇ ਨੇ। ਕੁਝ ਸੈਨਿਕ ਜਿਹੜੇ ਨੇ ਉਹ ਉਸ ਬਾਉਂਡਰੀ ਨੂੰ ਹੋਰ ਅਗਾਂਹ ਵਧਾ ਕੇ ਉੱਥੇ ਖੜਾਏ ਜਾਂਦੇ ਨੇ, ਇੱਕ ਲੇਅਰ ਬਣਾਈ ਜਾਂਦੀ ਹੈ ਰਕਸ਼ਾ ਦੀ, ਤਾਂ ਕਿ ਕੋਈ ਤੀਸਰਾ ਬੰਦਾ ਆ ਕੇ ਹਮਲਾ ਨਾ ਕਰ ਜਾਵੇ। ਇਹ ਸਿਕਿਉਰਿਟੀ ਦਾ ਸਿਸਟਮ ਹੈ। ਅੱਜ ਵੀ ਤੁਸੀਂ ਦੇਖੋ, ਭਾਰਤੀ ਜੋ ਨਾਇਕ ਨੇ, ਜਾਂ ਪ੍ਰੈਜ਼ੀਡੈਂਟ ਕਹਿ ਲਈਏ ਜਾਂ ਪ੍ਰਾਈਮ ਮਿਨਿਸਟਰ ਕਹਿ ਲਈਏ, ਉਹਨਾਂ ਦੀ ਜੈਡ ਸਿਕਿਉਰਿਟੀ ਹੁੰਦੀ, ਕਈ ਲੇਅਰਾਂ ਦੇ ਵਿੱਚ ਹੁੰਦੀ ਹੈ। ਇਸੇ ਪ੍ਰਕਾਰ ਪੁਰਾਣੇ ਸਮੇਂ ਦੇ ਵਿੱਚ ਰਾਜੇ ਵੀ ਆਪਣੀ ਸਿਕਿਉਰਿਟੀ ਵਾਸਤੇ ਉਹ ਸੈਨਿਕ ਰੱਖਿਆ ਕਰਦੇ ਸਨ। ਇੱਕ ਤਰੀਕਾ ਸੀ ਬਾਦਸ਼ਾਹ ਦੀ ਰੱਖਿਆ ਦਾ, ਘੋੜਸਵਾਰ ਸੈਨਿਕ ਉਹ ਆਪਣੀ ਲੇਅਰ ਬਣਾ ਕੇ ਰੱਖਦੇ ਨੇ, ਜਿਹੜੇ ਚੱਲਣ ਵਾਲੇ ਨੇ ਉਹ ਆਪਣੀ ਰੱਖਦੇ ਨੇ, ਨਾਲ ਮਹਾਰਾਜ ਜੀ ਦੇ ਕੁਝ ਅੰਗ ਰੱਖਿਅਕ ਹੁੰਦੇ ਨੇ। ਸੋ ਬਹਾਦਰ ਸ਼ਾਹ ਦੇ ਵੀ ਇੱਦਾਂ ਹੀ ਸਨ। ਸ਼ਿਵਰ ਵਿੱਚ ਆਪਸੀ ਗੱਲਬਾਤ ਕਰਨੀ ਹੈ, ਕੋਈ ਅੰਦਰ ਦਾ ਰਾਜ਼ ਬਾਹਰ ਨਾ ਜਾਵੇ, ਤਾਂ ਕਰਕੇ ਮਹਾਰਾਜ ਜੀ ਨਾਲ ਉਹੀ ਸਿੱਖ ਜਾਵੇਗਾ ਜਿਹਨੂੰ ਮਹਾਰਾਜ ਜੀ ਦੀ ਆਗਿਆ ਹੋਏਗੀ, ਹੋਰ ਦੂਸਰਾ ਕੋਈ ਅੰਦਰ ਨਹੀਂ ਜਾਏਗਾ। ਸੋ ਇਉਂ ਮਹਾਰਾਜ ਜੀ ਸੇਵਕਾਂ ਦੇ ਨਾਲ ਬਹਾਦਰ ਸ਼ਾਹ ਨੂੰ ਮਿਲਣ ਗਏ। ਸੂਰਜ ਸਮ ਸਤਿਗੁਰ ਕੋ ਦੇਖਾ, ਕਮਲ ਬਿਲੋਚਨ ਖਿਰੇ ਵਸੇਖਾ। ਜਦੋਂ ਮਹਾਰਾਜ ਜੀ ਦੇ ਨੂਰਾਨੀ ਚਿਹਰੇ ਵੱਲ ਵੇਖਿਆ ਕਿਹਨਾਂ ਨੇ, ਬਹਾਦਰ ਸ਼ਾਹ ਦੇ ਸੇਵਕ ਸੈਨਿਕਾਂ ਨੇ, ਅਤੇ ਕਹਿੰਦੇ ਹਨ ਵੀ ਉਹਨਾਂ ਦਾ ਮਨ ਚਿਤ ਕੀਤਾ ਵੀ ਸਤਿਗੁਰੂ ਜੀ ਮਹਾਰਾਜ ਜੀ ਦੇ ਚਰਨਾਂ 'ਤੇ ਟਹਿ ਪਈਏ। ਉੱਠ ਕਰ ਤੁਰਤ ਸਮੀਪੇ ਆਇਓ, ਦਵੈ ਹੱਥ ਦਵੈ ਚਰਨ ਲਗਾਇਓ। ਮਹਾਰਾਜ ਜੀ ਦੇ ਸਮੀਪ ਦੋ ਤੁਰਕ ਸੈਨਿਕ ਆਏ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਸਪਰਸ਼ ਕੀਤਾ। ਸ਼੍ਰੀ ਪ੍ਰਭ ਕਿਰਪਾ ਦ੍ਰਿਸ਼ਟ ਕਰੇ, ਰਾਥਾ ਪੀ ਦਈ ਕੰਡ ਤਿਸ ਬੇਰਾ। ਨਾਲ ਬਹਾਦਰ ਸ਼ਾਹ ਨੇ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨੂੰ ਸਪਰਸ਼ ਕੀਤਾ ਤੇ ਮਹਾਰਾਜ ਜੀ ਨੇ ਉਸ ਨੂੰ ਥਾਪੜਾ ਦਿੱਤਾ, ਪਿਆਰ ਦਿੱਤਾ। ਸੁਖ ਸੋ ਭੁਗਤ ਬੜ ਪਤਸ਼ਾਹੀ, ਬਿਨਸੀ ਪ੍ਰਥਮ ਦਈ ਤੋ ਪਾਈ। ਦੇਖੋ, ਰਿਸਪੈਕਟ ਦਾ ਆਪਣਾ ਇੱਕ ਤਰੀਕਾ ਹੁੰਦਾ ਹੈ, ਕਿਉਂਕਿ ਜਿਸ ਲਾਈਨ ਵਿੱਚ ਮੈਂ ਵਿਚਰਦਾ ਇਸ ਲਾਈਨ ਦੇ ਅੰਦਰ ਕੁਝ ਰੁਤਬੇ ਦੇ ਆਪਣੇ ਬੋਲ ਹੁੰਦੇ ਨੇ। ਇੱਕ ਪਦਵੀ ਦੀ ਰਿਸਪੈਕਟ ਹੁੰਦੀ, ਇੱਕ ਉਮਰ ਦੀ ਰਿਸਪੈਕਟ ਹੁੰਦੀ। ਜਦੋਂ ਸਾਨੂੰ ਕੋਈ ਪਰਸਨਲ ਮਿਲਦਾ ਹੈ, ਅਸੀਂ ਉਮਰ ਦੇ ਲਿਹਾਜ਼ ਨਾਲ ਉਸ ਨੂੰ ਇੱਜ਼ਤ ਮਾਣ ਸਤਿਕਾਰ ਦਿੰਦੇ ਹਾਂ। ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤੋਂ ਉਮਰ ਵਿੱਚ ਛੋਟਾ ਸੀ। ਹਿੰਦੁਸਤਾਨ ਦਾ ਬਾਦਸ਼ਾਹ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨ ਸਪਰਸ਼ ਕਰ ਰਿਹਾ, ਕਿਉਂਕਿ ਸੈਪਰੇਟ ਨੇ, ਪਾਸੇ ਨੇ, ਸ਼ਿਵਰ ਵਿੱਚ ਨੇ। ਪਰ ਜਦੋਂ ਬਹਾਦਰ ਸ਼ਾਹ ਤਖ਼ਤ 'ਤੇ ਬੈਠੇਗਾ, ਉਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਹਾਦਰ ਸ਼ਾਹ ਨੂੰ ਉਸ ਤਖ਼ਤ ਦੀ ਰਿਸਪੈਕਟ ਦੇਣਗੇ। ਇਹਦੇ ਵਿੱਚ ਕੋਈ ਵੱਡੇ ਛੋਟੇ ਦੀ ਭਾਵਨਾ ਨਹੀਂ ਹੁੰਦੀ, ਇਹ ਇੱਕ ਪਦਵੀ ਨੂੰ ਰਿਸਪੈਕਟ ਹੁੰਦੀ ਹੈ। ਇਹ ਬਹਾਦਰ ਸ਼ਾਹ ਤੂੰ ਸਾਰਿਆਂ ਦਾ ਬਾਦਸ਼ਾਹ ਹੈ, ਸਾਰਿਆਂ ਦੇ ਬਾਦਸ਼ਾਹ ਵਿੱਚ ਸਤਿਗੁਰੂ ਜੀ ਮਹਾਰਾਜ ਇਹ ਵੀ ਕਹਿੰਦੇ ਹਨ ਵੀ ਸਾਰੇ ਨਾਇਕਾਂ ਦਾ, ਸਾਰੇ ਹਿੰਦੁਸਤਾਨ ਦਾ ਬਾਦਸ਼ਾਹ ਹੈ, ਦੁਸ਼ਮਣਾਂ ਦਾ ਵੀ ਬਾਦਸ਼ਾਹ ਹੈ। ਪ੍ਰਧਾਨ ਮੰਤਰੀ ਪਾਰਟੀ ਦਾ, ਇੱਕ ਪਾਰਟੀ ਦਾ ਥੋੜ੍ਹਾ, ਉਹ ਸਾਰਿਆਂ ਦਾ, ਉਹ ਪੂਰੇ ਦੇਸ਼ ਦਾ ਹੈ।
ਇਸੇ ਪ੍ਰਕਾਰ ਦੁਸ਼ਮਣ ਵੀ ਪ੍ਰਧਾਨ ਮੰਤਰੀ ਨੂੰ ਰਿਸਪੈਕਟ ਦਿੰਦੇ ਨੇ, ਪ੍ਰਾਈਮ ਮਿਨਿਸਟਰ ਨੂੰ ਰਿਸਪੈਕਟ ਦਿੰਦੇ ਨੇ। ਸੋ ਇਹ ਪਦ ਦਾ ਰੁਤਬਾ ਹੁੰਦਾ ਹੈ, ਪਦ ਦਾ ਸਤਿਕਾਰ ਹੁੰਦਾ ਹੈ। ਇੱਥੇ ਮਹਾਰਾਜ ਇਕੱਲੇ ਵਿੱਚ ਮਿਲਦੇ ਪਏ ਨੇ, ਬਹਾਦਰ ਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਹੱਥ ਦੇ ਨਾਲ ਸਪਰਸ਼ ਕਰਕੇ ਗੁਰੂ ਸਾਹਿਬ ਜੀ ਤੋਂ ਆਸ਼ੀਰਵਾਦ ਲੈ ਰਿਹਾ ਹੈ। ਹਾਂਜੀ, ਜਬ ਲੋ ਤੋਹੇ ਯਾਰ ਬਲ ਤਨ ਕੀ ਪੁਰੋ ਆਨੰਦ ਤਬਾਸ਼ਾ ਮਨ ਕੀ। ਜਦੋਂ ਸਤਿਗੁਰੂ ਜੀ ਮਹਾਰਾਜ ਜੀ ਦੇ ਚਰਨਾਂ ਪਰਟਿਆ ਤੇ ਮਹਾਰਾਜ ਜੀ ਨੇ ਆਖਿਆ, ਐ ਬਾਦਸ਼ਾਹ ਤੇਰੇ ਮਨ ਦੀ ਇੱਛਾ ਪਰਮਾਤਮਾ ਪੂਰੀ ਕਰੇ। ਚੰਦਨ ਚੌਂਕੀ ਸਜਨ ਦਸਾਈ ਤਿਸ ਪਰ ਸਤਿਗੁਰ ਲੈ ਬਿਠਾਈ। ਸਤਿਗੁਰੂ ਜੀ ਨੇ ਬਾਦਸ਼ਾਹ ਨੂੰ ਆਖਿਆ ਵੀ ਹੈ ਬਾਦਸ਼ਾਹ, ਤੇਰੇ ਪਿਤਾ ਨੇ ਬਾਦਸ਼ਾਹਤ ਗਵਾ ਲਈ, ਪਰ ਗੁਰੂ ਨਾਨਕ ਤੈਨੂੰ ਅੱਜ ਇਹ ਆਸ਼ੀਰਵਾਦ ਬਖਸ਼ਦਾ ਵੀ ਤੇਰੇ ਪਿਤਾ ਦੀ ਗਵਾਚੀ ਪੱਗ ਤੂੰ ਆਪਣੇ ਸਿਰ 'ਤੇ ਫਿਰ ਰੱਖ ਲਈ ਹੈ। ਚੰਦਨ ਦੀ ਚੌਂਕੀ ਮਹਾਰਾਜ ਜੀ ਵਾਸਤੇ ਮੰਗਵਾਈ ਗਈ, ਜਿਸ ਉੱਪਰ ਸਤਿਗੁਰੂ ਜੀ ਮਹਾਰਾਜ ਜੀ ਨੇ ਬੈਠਣਾ ਹੈ। ਫਿਰ ਆਪਸ ਵਿੱਚ ਬਾਦਸ਼ਾਹ ਅਤੇ ਗੁਰੂ ਸਾਹਿਬ ਜੀ ਦੀਆਂ ਕੀ ਗੱਲਾਂ ਹੁੰਦੀਆਂ ਨੇ, ਇਹਨਾਂ ਨੂੰ ਕੱਲ੍ਹ ਦੇ ਦੀਵਾਨਾਂ ਅੰਦਰ ਵਿਚਾਰਾਂਗੇ। ਅਜੇ ਸਮਾਂ ਸੰਪੂਰਨ ਹੈ, ਇਤਿਹਾਸ ਦੀਆਂ ਬਾਤਾਂ ਗੱਲਾਂ ਕਹਿੰਦਿਆਂ ਬੇਅੰਤੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਆਪ ਸਰਬੱਤ ਸੰਗਤ ਗੁਰੂ ਰੂਪ ਹੋ, ਬਖਸ਼ਣਹਾਰੇ ਹੋ, ਬਖਸ਼ ਦੇਣਾ ਬੜਾ ਧੰਨਵਾਦ ਹੈ ਸਮੂਹ ਸੰਗਤਾਂ ਦਾ। ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਭੁੱਲਾਂ ਚੁੱਕਾਂ ਦੀ ਖਿਮਾ ਪ੍ਰਵਾਨੋ ਦਾਸਰੇ ਦੀ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।